ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ, ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ ਅਤੇ ਬਲਦੇਵ ਪੰਨੂ ਜੀ ਉਹਨਾਂ ਦੇ ਜਵਾਬ ਦਿੰਦੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਕਰੀਏ, ਆਪਾਂ ਗੱਲ ਕਰ ਰਹੇ ਸੀਗੇ ਕਿ ਗੋ ਫੰਡ ਮੀ ਦੇ ਉੱਤੇ ਲੋਕ ਕਿਸ ਤਰ੍ਹਾਂ ਪੈਸੇ ਇਕੱਠੇ ਕਰ ਰਹੇ ਆ। ਜਦ ਤੱਕ ਕਿ ਜਿਨ੍ਹਾਂ ਦੇ ਲਈ ਪੈਸੇ ਇਕੱਠੇ ਕਰ ਰਹੇ ਆ ਉਹਨਾਂ ਵੱਲੋਂ ਕੋਈ ਕਾਲ ਨਹੀਂ ਆਈ ਕਿ ਸਾਨੂੰ ਬਾਹਰਲੇ ਕੰਟਰੀਆਂ ਤੋਂ ਪੈਸੇ ਚਾਹੀਦੇ ਆ। ਅਤੇ ਉੱਥੇ ਨਾਲ ਦੀ ਨਾਲ ਹੀ ਮੈਨੂੰ ਇਨਫੋਰਮੇਸ਼ਨ ਮਿਲ ਗਈ ਆ ਕਿ ਇੱਥੇ ਸੈਨੋਜੇ ਦੇ ਵਿੱਚ ਹੀ ਸੇਵ ਪੰਜਾਬ ਫਾਰਮਰ $60,000 ਦੇ ਕਰੀਬ ਪੈਸੇ ਇਕੱਠੇ ਕਰ ਲਏ। ਉਹਨਾਂ ਦਾ ਵੀ ਟੀਚਾ ਜਿਹੜਾ ਉਹ 1 ਲੱਖ ਨਹੀਂ ਕਰਨਾ ਆ। ਅਤੇ ਦੂਸਰਾ ਹੈਗਾ ਜੀ ਮਿਸ਼ਨ BC ਜਨਕ ਰਾਜ, ਜਿਹੜਾ ਮਕੈਨਿਕ ਆ ਉਹਦੀ ਹੈਲਪ ਦੇ ਲਈ, ਉਹਦੇ ਲਈ ਵੀ $9,971 ਇਕੱਠੇ ਹੋ ਗਏ ਆ ਅਤੇ ਉਹ 50,000 ਦਾ ਉਹਨਾਂ ਦਾ ਟੀਚਾ ਆ। ਅਤੇ ਨਿਊਯਾਰਕ ਦੇ ਵਿੱਚ ਲੰਗਰ ਸੇਵਾ ਲਈ ਫੋਰ ਪੰਜਾਬੀ ਫਾਰਮਰਸ, ਇਹ ਤਾਂ ਵੈਸੇ ਹੈਰਾਨਗੀ ਦੀ ਗੱਲ ਆ, $28,531 ਉਹਨਾਂ ਨੇ ਇਕੱਠੇ ਕਰ ਲਏ ਆ। ਲੈਂਗਲੀ BC ਦੇ ਵਿੱਚ ਕਿਡਸ ਹੈਲਪਿੰਗ ਫਾਰਮਰਸ ਇਨ ਪੰਜਾਬ, ਉਹਨਾਂ ਨੇ ਵੀ $8,560 ਇਕੱਠੇ ਕਰ ਲਏ ਆ। ਅਤੇ ਉਹਨਾਂ ਦੇ ਮੇਰੇ ਖਿਆਲ 'ਚ 10,000 ਚਾਹੀਦਾ, ਸ਼ਾਇਦ ਕਿਸੇ ਕੰਮ ਲਈ ਪੈਸੇ ਚਾਹੀਦੇ ਹੋਣਗੇ ਜਿਹੜਾ ਟੀਚੇ ਪੂਰੇ ਕਰਨੇ ਇਹਨਾਂ ਨੇ। ਤੁਸੀਂ ਕੀ ਕਰ ਸਕਦੇ ਆ, ਸਾਨੂੰ ਪਤਾ ਆ ਕਿ ਜਦ ਤਾਈਂ ਕਾਲ ਆ ਰਹੀ ਆ, ਜਦ ਤਾਈਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਉੱਥੇ ਪੈਸੇ ਨਹੀਂ ਚਾਹੀਦੇ, ਹਜੇ ਇਕੱਠੇ ਨਾ ਕਰੋ। ਇਹ ਪੈਸੇ ਕਾਹਦੇ ਲਈ ਇਕੱਠੇ ਕੀਤੇ ਜਾਂਦੇ ਆ? ਅਤੇ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਆ, ਉਹਨਾਂ ਨੂੰ ਜੇ ਗੋ ਫੰਡ ਮੀ ਦੇ ਉੱਤੇ ਜਾ ਕੇ ਉਹਨਾਂ ਦੀ ਕੰਪਲੇਨ ਕੋਈ ਵੀ ਕਰ ਸਕਦਾ, 100 ਕੰਪਲੇਨ ਗਈ ਤਾਂ ਤੁਹਾਡੇ ਪੈਸੇ ਵਾਪਸ ਆ ਸਕਦੇ ਆ, ਨਹੀਂ ਤਾਂ ਉਹ ਦੱਸਣਗੇ ਕਿ ਪੈਸੇ ਅਸੀਂ ਕਿੱਥੇ ਭੇਜੇ ਆ। ਉਹ ਜ਼ਰੂਰ ਉਹਨਾਂ ਨੂੰ ਪੁੱਛੋ ਜਿੱਥੇ ਤੁਸੀਂ ਅੰਨੇ ਵਾਹ ਪੈਸੇ ਪਾ ਦਿੰਦੇ ਆ। ਅਤੇ ਹੁਣ ਚੱਲਦੇ ਹਾਂ ਆਪਾਂ ਆਪਣੇ ਅਗਲੇ ਪ੍ਰੋਗਰਾਮ ਵੱਲ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ, ਔਰ ਧੰਨਵਾਦ ਤੁਹਾਡਾ, ਧੰਨਵਾਦ ਕਰਦਾ ਕਿ ਉਹਨਾਂ ਨੇ ਤੁਰੰਤ ਜਾਣਕਾਰੀ ਜਿਹੜੀ ਉਹ ਕੱਢ ਕੇ ਦੇ ਦਿੱਤੀ। ਤੇ ਮੇਰਾ ਖਿਆਲ ਹੁਣ ਅਵੇਅਰ ਹੋ ਜਾਣਾ ਚਾਹੀਦਾ, ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਤੁਸੀਂ ਨਹੀਂ ਵੀ ਪੈਸੇ ਦਿੱਤੇ ਤਾਂ ਵੀ ਕੰਪਲੇਂਟ ਕਰ ਸਕਦੇ ਹੋ ਜੀ। ਹਾਂਜੀ ਹਾਂਜੀ, ਔਰ ਕੰਪਲੇਂਟ ਜਿਹੜੀਆਂ ਦੀ ਉਹ ਕਰੋ, ਨਹੀਂ ਤਾਂ ਅਦਰਵਾਈਜ਼ ਇਹ ਹੈ ਜੀ ਕਿ ਇਹਨੂੰ ਜੇ ਆਪਾਂ ਠੱਲ ਨਾ ਪਾਈ ਤੇ ਇਹ ਠੱਗ ਟਾਈਪ ਦੇ ਜਿਹੜੇ ਲੋਕ ਨੇ ਉਹ ਨੁਕਸਾਨ ਕਰ ਦਿੰਦੇ। ਬਿਲਕੁਲ, ਜਦੋਂ ਫਿਰ ਸਾਨੂੰ ਲੋੜ ਆ ਫਿਰ ਉਦੋਂ ਵੀ ਆਪਾਂ ਡਰਾਂਗੇ ਵੀ ਹੁਣ ਦੇਈਏ ਜਾਂ ਨਾ ਦੇਈਏ, ਕਿਉਂ ਪਤਾ ਨਹੀਂ ਚਾਹੀਦੇ ਜਾਂ ਨਾ ਹੀ ਨਹੀਂ ਚਾਹੀਦੇ। ਸੋ ਬਹੁਤ ਜ਼ਰੂਰੀ ਆ, ਕੰਪਲੇਨ ਕਰਨੀ ਬਹੁਤ ਜ਼ਰੂਰੀ ਬਣਦੀ ਆ, ਜੇ ਦਿੱਤੇ ਤਾਂ ਵੀ, ਜੇ ਨਹੀਂ ਦਿੱਤੇ ਤਾਂ ਵੀ। ਅਤੇ ਜੇ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਮੈਂ ਤੋਂ ਦੁਆਰਾ ਲੈ ਸਕਦੇ ਆ। ਅਤੇ ਅੱਗੇ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ, ਤੁਹਾਡੇ ਵਰਗੇ ਸੈਂਕੜੇ ਲੋਕਾਂ ਨੇ ਇਹ ਜੋਤ ਜਗਾਈ ਤੇ ਜਿਹਦਾ ਅੱਜ ਸਿੱਟਾ ਸਾਡਾ ਸਾਰਾ ਪੰਜਾਬ ਜਾਗਰਤ ਹੋਇਆ, ਜਿਸ ਦੀ ਤੁਸੀਂ ਬਹੁਤ ਲੰਮੇ ਟਾਈਮ ਤੋਂ ਆਸ ਰੱਖਦੇ ਸੀਗੇ ਤੇ ਉਹ ਦਿਨ ਆ ਗਿਆ। ਤੇ ਦੂਜਾ ਮੇਰਾ ਸਵਾਲ ਇਹ ਹੈ ਜੀ ਵੀ ਜਦੋਂ ਇਹ ਗੱਲ ਚੱਲਦੀ ਆ ਆਪਣੇ ਜਿਹੜੇ ਨਵੇਂ ਜਿਹੜੇ ਬਣੇ ਆ ਕਾਨੂੰਨ, ਪਹਿਲੀ ਗੱਲ ਤਾਂ ਇਹ ਖੇਤੀ ਕਾਨੂੰਨ ਨੀ ਗੀ, ਇਹਨਾਂ ਨੂੰ ਵਾਰ ਵਾਰ ਖੇਤੀ ਕਾਨੂੰਨ ਕਹਿੰਦੇ, ਇਹ ਤਾਂ ਕਾਰਪੋਰੇਟਰਾਂ ਵਾਸਤੇ ਬਣੇ ਹੋਏ ਕਾਨੂੰਨ ਆ ਤੇ ਇਹਨਾਂ ਵਿੱਚ ਖੇਤੀ ਨੂੰ ਇਗਨੋਰ ਕਰ ਦਿੱਤਾ ਗਿਆ। ਦੂਜੀ ਗੱਲ ਹੈ ਇੱਕ ਉਹ ਜਿਹੜੀ ਨਾ ਇਹ ਚੀਜ਼ ਹਾਈਲਾਈਟ ਨਹੀਂ ਕੀਤੀਆਂ ਜਾਂਦੀਆਂ ਗੀਆਂ, ਕਿਤੇ ਮੈਂ ਬਹੁਤ ਸੁਣਿਆ ਡੇ 1 ਤੋਂ ਲੈ ਕੇ ਰੋਜ਼ ਸੁਣੀਦਾ, ਜਿਹੜੇ ਜਿਹੜੀ ਇੱਕ ਪਾਸੇ ਮੰਡੀ ਇੱਕ ਕ੍ਰੀਏਟ ਕੀਤੀ ਜਾ ਰਹੀ ਆ, ਜਿਹੜੀ ਜਿਹਨੂੰ ਕਹਿੰਦੇ ਆ ਵੀ ਮੰਡੀ ਦੇ ਬਰਾਬਰ ਮੰਡੀ, ਵੀ ਉਹ ਟੈਕਸ ਫ੍ਰੀ ਮੰਡੀ ਕਿਉਂ ਕ੍ਰੀਏਟ ਕੀਤੀ ਜਾਂਦੀ ਹੈ ਜਦੋਂ ਕਿ ਗੌਰਮੈਂਟ ਸਾਡੀ ਕਿਤੇ ਵੀ ਮੌਕਾ ਨਹੀਂ ਜਾਣ ਦਿੱਤੀ ਜਾਣ ਦਿੰਦੀ ਟੈਕਸ ਇਕੱਠੇ ਕਰਨ ਦਾ, ਵੀ ਉਹਨਾਂ ਨੂੰ ਫ੍ਰੀ ਮੰਡੀ ਕਿਉਂ ਦਿੱਤੀ ਜਾਂਦੀ ਹੈ? ਤੇ ਦੂਜਾ ਇਹ ਹੈਗਾ ਵੀ ਜਦੋਂ ਉਹ ਮੰਡੀ ਜਿਹੜਾ ਟੈਕਸ ਜਿਹੜਾ ਇਕੱਠਾ ਨਹੀਂ ਹੋਣਾ, ਜਿਹੜਾ ਟੈਕਸ ਦਾ ਨੁਕਸਾਨ ਹੋਊਗਾ ਉਹ ਰਾਜ ਸਰਕਾਰ ਦਾ ਹੋਣਾ ਸੂਬੇ ਦਾ, ਤੇ ਉਹਦੀ ਭਰਪਾਈ ਕਿਵੇਂ ਹੋਊਗੀ? ਤੇ ਉਹਦੀ ਜਿਹੜੇ ਜਿਹੜਾ ਉਹ ਟੈਕਸਾਂ ਦੇ ਇਨਫਰਾਸਟ੍ਰਕਚਰ ਬਣਦਾ ਜਾਂ ਜਿਹੜੇ ਜੋਬਾਂ ਮਿਲਦੀਆਂ ਉਹਨਾਂ ਉਸ ਟੈਕਸ ਨਾਲ, ਉਹਨਾਂ ਦਾ ਕੀ ਹੋਊਗਾ? ਵੀ ਉਹ ਗੱਲ ਕੋਈ ਨਹੀਂ ਛੇੜਦਾ ਤੇ ਨਾ ਉਹਦੀ ਕੋਈ ਦੂਜਾ ਕਿਸਾਨ ਹੀ ਕਦੇ ਵੀ ਗੱਲ ਕਰਦੇ ਆ, ਵੀ ਉਹ ਵੀ ਇੱਕ ਵਿੱਚ ਚੀਜ਼ ਜੋੜਨ ਵਾਲੀ ਹੈ। ਤੇ ਦੂਜੀ ਜਿਹੜੀ ਵਿਚੋਲਗੀਏ ਦੀ ਇਹ ਗੱਲ ਕਰਦੇ ਆ ਵੀ ਕੋਈ ਗਰੰਟੀ ਲੈਂਦੀ ਆ ਗੌਰਮੈਂਟ ਵੀ ਜੇ ਐਮਰਜੈਂਸੀ ਵੇਲੇ ਉਹ ਵਿਚੋਲਗੀਏ ਹੀ ਕੰਮ ਆਉਂਦੇ ਆ ਲੋਕਾਂ ਦੇ ਦੁੱਖ ਦੇ ਸੁੱਖ ਦੇ, ਵੀ ਉਹਦੀ ਇੰਸ਼ੋਰੈਂਸ ਕੌਣ ਲੈਂਦਾ ਜੀ? ਇਹ ਸਵਾਲ ਆ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਕਿ ਕਿਉਂਕਿ ਉਹ ਖੇਤੀ ਕਾਨੂੰਨ ਨੇ ਇਹਦੇ ਨਾਂ ਦੇ ਹੇਠ ਬਣੇ ਨੇ, ਇਸ ਕਰਕੇ ਉਹਨਾਂ ਨੂੰ ਬੋਲਣਾ ਤਾਂ ਇਹੀ ਪਊਗਾ। ਆਪਾਂ ਹੁਣ ਇਹ ਕਹੀਏ ਕਿ ਕਾਰਪੋਰੇਟ ਕਾਨੂੰਨ ਜਿਹੜੇ ਬਣੇ ਉਹ ਤਾਂ ਸਮਝ ਨਹੀਂ ਲੱਗੂਗੀ ਕਿਸੇ ਨੂੰ ਕਿ ਇਹ ਕਿਹੜੇ ਕਾਨੂੰਨ ਹੋਏ। ਹਾਂ ਇਹ ਗੱਲ ਤੁਹਾਡੀ ਬਿਲਕੁਲ ਕਿਸਾਨ ਦੀ ਕੁੜੀ ਦੇਖੀ ਹੈ ਜੀ, ਕੰਪਲੀਟਲੀ ਕਾਰਪੋਰੇਟ
ਜਿਹੜੇ ਘਰਾਣੇ ਨੇ ਕਾਰਪੋਰੇਟ ਦੇ ਵਾਸਤੇ ਬਣਾਏ ਗਏ ਕਾਨੂੰਨ ਨੇ। ਤੁਸੀਂ ਰੈਗੂਲਰ ਲਿਸਨਰ ਹੋ, ਮੈਨੂੰ ਪਤਾ ਤੁਸੀਂ ਕਾਲ ਵੀ ਕਰਦੇ ਹੋ, ਤਾਂ ਪਤਾ ਇਹ ਗੱਲ ਜਿਹੜੀ ਮੰਡੀ ਬਹੁਤ ਵਿਸਥਾਰ ਦੇ ਵਿੱਚ ਜਿਹੜੀ ਉਹ ਦੱਸੀ ਹੋਈ ਹੈ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਕਿੰਨਾ ਪੈਸਾ ਮੰਡੀ ਬੋਰਡ ਨੂੰ ਆਉਂਦਾ ਤੇ ਇਹ ਮੰਡੀ ਬੋਰਡ ਤਬਾਹ ਹੋ ਜਾਣੇ ਆ, ਇਹਦੇ ਨਾਲ ਕਿੰਨੇ ਜੋਬ ਜਿਹੜੀਆਂ ਜੀ ਉਹ ਚਲੇ ਜਾਣੀਆਂ, ਕਿਉਂ ਦਿੱਤਾ ਜਾ ਰਿਹਾ, ਉਹ ਮਦਦ ਕੀਤੀ ਜਾ ਰਹੀ ਹੈ ਉਹਨਾਂ ਕਾਰਪੋਰੇਟ ਬਣਾਇਆ ਦੀ, ਉਹਨਾਂ ਨੂੰ ਕਾਇਮ ਕਰਾਉਣਾ ਇਹਨਾਂ ਜ਼ਮੀਨਾਂ ਦੇ ਉੱਤੇ। ਜੇ ਤੁਸੀਂ ਗੂਗਲ ਲੈਣਾ ਇਹ ਵੇਖਣਾ ਕਿ ਕਿੰਨੇ ਅਦਾਰੇ ਨੇ ਜਿਹੜੇ ਸਰਕਾਰ ਨੇ ਵੇਚ ਦਿੱਤੇ, ਤੁਹਾਨੂੰ ਕੋਈ ਅਦਾਰਾ ਨਹੀਂ ਲੱਭਣਾ, ਜਿਹੜੀ ਚੀਜ਼ ਵਿਕੀ ਨਹੀਂ ਉਹ ਜ਼ਮੀਨ ਹੈ ਅਜੇ, ਉਹਦੇ ਉੱਤੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਨੂੰ ਕਬਜ਼ਾ ਉਹਦੇ ਉੱਤੇ ਜਿਹੜਾ ਵੀ ਉਹ ਕਰਵਾ ਦੇਣਾ। ਜਿੱਥੋਂ ਤੱਕ ਤੁਸੀਂ ਗੱਲ ਕਹਿੰਦੇ ਹੋ ਕੋਈ ਟੈਕਸ ਫਰੀ ਉਹਨਾਂ ਨੂੰ ਕਿਉਂ ਦਿੱਤਾ ਜਾ ਰਿਹਾ, ਉਹ ਖਾਸ ਨੇ ਜੀ, ਉਹਨਾਂ ਦੀਆਂ ਕਮਾਈਆਂ ਜਿਹੜੀਆਂ ਦੀ ਉਹ ਵਧਣ, ਜਿਹੜੇ ਏਅਰਪੋਰਟ ਨੇ ਮੈਕਸੀਮਮ ਜਿਹੜੇ ਉਹ ਦੇ ਦਿੱਤੇ ਗਏ। ਇਹ ਜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕ੍ਰਿਕਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਦੇਖਿਆ ਹੋਵੇ ਤੇ ਉੱਥੋਂ ਦਾ ਆਸਟ੍ਰੇਲੀਅਨ ਜਿਹੜੇ ਸੀਗੇ ਜੀ ਉਹ ਵਿਰੋਧ ਕਰ ਰਹੇ ਸੀ ਅਡਾਨੀ ਦਾ, ਉੱਥੇ ਉਹ ਸਾਈਨ ਲੈ ਕੇ ਜਿਹਨੂੰ ਫੜਿਆ ਗਿਆ, ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਫੋਟੋਆਂ ਜਿਹੜੀਆਂ ਦੀ ਉਹ ਛਾਇਆ ਹੋਈਆਂ। ਕਿਉਂ ਛਾਇਆ ਹੋਈਆਂ? ਕਿ ਉਹ ਵੀ ਵਿਰੋਧ ਕਰ ਰਹੇ ਆ ਕਿ ਇੱਥੇ ਸਾਡੇ ਖਾਣਾ ਦੇ ਉੱਤੇ ਆ ਕੇ ਜਿਹੜਾ ਜੀ ਉਹ ਕਾਬਜ਼ ਹੋਈ ਜਾ ਰਹੇ ਨੇ, ਰੌਲਾ ਸਾਰੀ ਦਿਹਾੜੀ ਪਾਕਿਸਤਾਨ ਦੇ ਖਿਲਾਫ ਇੱਥੇ ਪਾਇਆ ਜਾਂਦਾ। ਪਾਕਿਸਤਾਨ ਦੇ ਵਿੱਚ ਅਡਾਨੀ ਦਾ ਕਿੰਨਾ ਕਾਰੋਬਾਰ ਹੈ ਕਿਸੇ ਨੂੰ ਪਤਾ? ਇਹ ਉਹਨਾਂ ਲੋਕਾਂ ਨੂੰ ਕਾਬਜ਼ ਕਰਾਉਣ ਦੇ ਵਾਸਤੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਨਾਲ ਸੂਬੇ ਕਮਜ਼ੋਰ ਪੈ ਜਾਣਗੇ। ਜਿਹੜੀ ਗੱਲ ਤੁਹਾਨੂੰ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਮੈਂ ਜਿਹੜੀ ਜੀ ਉਹ ਦੱਸੀ ਆ, ਉਹ ਗੰਭੀਰ ਸਿਚੁਏਸ਼ਨ ਇੱਕ ਇੱਕ ਕਰਕੇ ਉਹ ਇਹ ਕੀਤਾ ਜਾ ਰਿਹਾ ਕਿ ਸੂਬਿਆਂ ਨੂੰ ਫਾਈਨੈਂਸ਼ਲੀ ਕਮਜ਼ੋਰ ਕਰ ਦਿਓ। ਮਨਪ੍ਰੀਤ ਸਿੰਘ ਬਾਦਲ ਹੋਰੀ ਜਦੋਂ ਇਹ ਆਉਣੀ ਸੀਗੀ GST, ਉਦੋਂ ਬੜੇ ਝੰਡਾ ਬਰਦਾਰ ਬਣੇ ਸੀਗੇ ਵੀ ਇਹ ਤਾਂ ਬਹੁਤ ਵੱਡਾ ਰੈਵੋਲੂਸ਼ਨ ਆ ਰਿਹਾ। ਅੱਜ ਪੁੱਛ ਕੇ ਦੇਖੋ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ, ਮੈਂ ਉਦੋਂ ਵੀ ਇਹ ਗੱਲ ਜਿਹੜੀ ਦੀ ਕਹੀ ਸੀ ਕਿ ਤੁਸੀਂ ਹੱਥ ਵੱਢ ਕੇ ਸੂਬਿਆਂ ਨੂੰ, ਕਿ ਸੂਬੇ ਜਿਹੜੇ ਆਪਣੇ ਹੱਥ ਵੱਢ ਕੇ ਸੈਂਟਰ ਦੀ ਸਰਕਾਰ ਨੂੰ ਫੜਾ ਦੇਣਗੇ। ਉਹੀ ਗੱਲ ਹੋਈ, ਉਹ ਟੈਕਸ ਗਰਾ ਕੇ ਜਾ ਰਹੇ ਨੇ। ਇਹ ਵੀ ਉਹੀ ਚੱਕਰ ਹੈ ਕਿ ਜਿਹੜੀ ਕਮਾਈ ਆ ਉਹ ਸੂਬਿਆਂ ਦੀ ਖਤਮ ਕਰ ਦਿਓ, ਉਹਦੇ ਨਾਲ ਜਿਹੜਾ ਸੰਘੀ ਢਾਂਚਾ ਹੈ, ਜਿਹੜਾ ਫੈਡਰਲਿਜ਼ਮ ਹੈ, ਉਹ ਖਤਮ ਹੋ ਜਾਊਗਾ ਔਰ ਕੇਂਦਰ ਦੀ ਸਰਕਾਰ ਦੇ ਹੱਥਾਂ ਦੇ ਵਿੱਚ ਸਾਰਾ ਕੁਛ ਜਿਹੜਾ ਜੀ ਉਹ ਰਹਿ ਜਾਊਗਾ। ਤੁਸੀਂ ਉੱਧਰ ਵੇਖੀ ਜਾਓਗੇ ਕਦੋਂ ਸਾਨੂੰ ਮਿਲਦਾ, ਕਦੋਂ ਜਿਹੜਾ ਜੀ ਉਹ ਨਹੀਂ ਮਿਲਦਾ। ਇਹ ਸਾਰਾ ਕੁਛ ਜਿਹੜਾ ਸੰਘੀ ਜਿਹੜਾ ਢਾਂਚਾ ਹੈ ਉਹਨੂੰ ਖਤਮ ਕਰਨ ਦੇ ਵਾਸਤੇ ਹੀ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹੀ ਤਾਂ ਗੰਭੀਰਤਾ ਜਿਹਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਬਿੱਲ ਉਹਦਾ ਹੀ ਇੱਕ ਪਾਰਟ ਨੇ ਜੀ। ਜੀ ਅੱਗੇ ਸੁਰਿੰਦਰ ਸਿੰਘ ਸ਼ੇਰ ਦਾ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਜਿੱਦਾਂ ਚੋਣੀ ਕਮੇਟੀ ਤੇ ਅਕਾਲੀ ਦਲ ਜਿਸ ਮਕਸਦ ਲਈ ਬਣਿਆ ਸੀ, ਜੇ ਉਸ ਮਕਸਦ ਤੇ ਕਾਇਮ ਰਹਿੰਦਾ ਤੇ ਆ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ? ਇਹਦੇ ਬਾਰੇ ਤੁਸੀਂ ਬਹੁਤ ਜਨਰਲ ਨੌਲੇਜ ਰੱਖਦੇ ਆ ਦਸੂਰ। ਤੇ ਦੂਜਾ ਜਿਹੜਾ ਇਹ ਪੈਸੇ ਇਕੱਠੇ ਕਰਨ ਵਾਲੇ ਆ ਭਾਈ, ਆਪੋ ਆਪਣੇ ਜੇ ਕਿਸੇ ਨੇ ਦੇਣੇ ਵੀ ਆਪ ਜਾ ਕੇ ਆ, ਤੁਹਾਡੇ ਪਿੰਡਾਂ 'ਚ ਸਾਰੇ ਰਿਸ਼ਤੇਦਾਰ ਰਹਿੰਦੇ ਆ, ਘਰ ਰਹਿੰਦੇ, ਜੇ ਕਿਸੇ ਆਪ ਦਿਓ ਕਿਸੇ ਨੂੰ ਪੈਸਾ ਨਾ ਫੜਾਓ। ਅੱਗੇ ਇਹਨੋ ਜਿਹਿਆਂ ਦੇ ਕਿੰਨੇ ਰੌਲੇ ਪੈਂਦੇ, ਲੱਖਾਂ ਕਰੋੜਾਂ ਰੁਪਈਏ ਉਹ ਖਾ ਗਏ ਬੰਦੇ। ਇਹ ਬੇਨਤੀ ਆ ਵੀ ਕਿਸੇ ਨੂੰ ਪੈਸਾ ਨਾ ਹੱਥ ਦਿਓ। ਅੱਬਲ ਤਾਂ ਗੁਰਦੁਆਰਿਆਂ ਦੀਆਂ ਗੋਲਕਾਂ 'ਚ ਵੀ ਉੱਥੇ ਪੈਸੇ ਪਾਉਣ ਹੜ ਜਾਓ ਜਿਹੜੇ ਕਾਨੂੰਨੀ ਕਮੇਟੀ ਦੇ ਅੰਡਰ ਆ, ਨਾ ਆਪਣੀ ਦਾੜੀ ਇਹਨਾਂ ਦੇ ਹੱਥ ਫੜਾ ਵੀ ਨਹੀਂ, ਪੱਟਣੀ ਪੱਟਣੀ ਆ। ਤੇ ਦੂਜਾ ਪੰਨੂ ਸਾਹਿਬ, ਹੁਣ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਵੀ ਜਿਹੜੇ ਆ ਨਜਾਇਜ਼ ਸਾਡੇ ਤੇ ਜਿੱਦਾਂ ਤੇਲ ਦਾ ਬੈਟ ਲਾਈ ਜਾਂਦੀ ਆ, ਹੋਰ ਆਪ ਇਹ 7-7-8-8 ਪੈਨਸ਼ਨਾਂ ਲਈ ਜਾਂਦੇ ਆ, 40.5 ਸਾਲ ਰਗੜਾ ਕੇ ਮਸੀਂ ਵਿਚਾਰੇ ਨੂੰ ਪੈਨਸ਼ਨ ਇੱਕ ਮਿਲਦੀ ਆ, ਇਹ 15 ਦਿਨ MLA ਲੈ ਲੈਂਦੇ ਆ। ਇਹ ਪੰਜਾਬ ਦੀ ਜਿਹੜੀਆਂ ਸੂਬੇ ਦੀਆਂ ਸਰਕਾਰਾਂ, ਇਹਨਾਂ ਨੂੰ ਵੀ ਸਵਾਲ ਇਹ ਕਰਨ ਵਾਲੇ ਹੈਗੇ ਕਿ ਨਹੀਂ ਜੀ? ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਦੇਖੋ ਜਿਹੜੀਆਂ ਖੇਤਰੀ ਪਾਰਟੀਆਂ ਨੇ, ਗੱਲ ਸਾਰੀ ਉਹੀ ਉੱਥੇ ਜਿਹੜੀ ਉਹ ਚੱਲ ਰਹੀ ਆ ਕਿ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਦਾ ਕੀ ਰੋਲ ਹੈ। ਰੀਜਨਲ ਪਾਰਟੀਆਂ ਜਿਉਂਦੀਆਂ ਨੇ ਤੇ ਸੰਘੀ ਢਾਂਚਾ ਜਿਹੜਾ ਦੀ ਉਹ ਜਿਉਂਦਾ ਰਹੂਗਾ। ਬਿਲਕੁਲ, ਅਕਾਲੀ ਦਲ ਦਾ ਜਿਹੜਾ ਦੀ ਉਹ ਹਾਸ਼ੀਏ ਦੇ ਉੱਤੇ ਚਲੇ ਜਾਣਾ, ਇਹ ਲੋਕ ਸਿਰਫ ਗੱਦੀਆਂ ਦੇ ਨਾਲ ਜਿਹੜਾ ਉਹ ਚਿੰਬੜੇ ਰਹੇ ਕਿ ਸਾਡੇ ਗੱਦੀ ਮਿਲ ਰਹੀ ਆ, ਪੰਜਾਬ 'ਚ ਸਾਡਾ ਰਾਜ ਰਹੇ, ਕੇਂਦਰ ਦੇ ਵਿੱਚ ਸਾਨੂੰ ਕੋਈ ਮਾੜੀ ਮੋਟੀ ਜਿਹੜੀ ਹੈਗੀ ਆਹ ਚਟਨੀ ਚਾਰ ਵਾਲਾ ਮਹਿਕਮਾ ਹੀ ਮਿਲਦਾ ਰਹੇ, ਵੀ ਅਸੀਂ ਉਹਨੇ ਦੇ ਵਿੱਚ ਜਿਹੜਾ ਜੀ ਉਹ ਖੁਸ਼ ਹੈ। ਪਰ ਉਹਦੇ ਵਿੱਚ ਇੱਕ ਰੀਜਨਲ ਪਾਰਟੀ ਜਿਹੜੀ ਸੀ ਉਹ ਮਰ ਗਈ। ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਮਾਣ ਮੱਤਾ ਇਤਿਹਾਸ ਹੈ। ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ, ਇਹਨੇ ਬਹੁਤ ਵੱਡੀਆਂ ਜੰਗਾਂ ਪੰਜਾਬ ਦੇ ਵਾਸਤੇ, ਮੁਲਕ ਦੇ ਵਾਸਤੇ ਜਿਹੜੀਆਂ ਦੀ ਉਹ ਲੜੀਆਂ ਨੇ। ਜਦੋਂ ਇੱਕ ਕਾਰਪੋਰੇਟ ਘਰਾਣੇ ਦੇ ਹੱਥ ਦੇ ਵਿੱਚ ਆ ਗਿਆ, ਕਿਉਂਕਿ ਇਹ ਨਾ ਭੁੱਲੋ ਬਾਦਲ ਪਰਿਵਾਰ ਜਿਹੜਾ ਜੀ ਇੱਕ ਵੱਡਾ ਕਾਰਪੋਰੇਟ ਘਰਾਣਾ ਪੰਜਾਬ ਦਾ, ਸਾਰੀਆਂ ਚੀਜ਼ਾਂ ਉਹਦੀਆਂ ਨੇ, ਬੱਸਾਂ ਉਹਦੀਆਂ ਨੇ, 7-star
ਵਟਾਉ ਜਿਹੜੇ ਜੀ ਉਹ ਉਹਦੇ ਨੇ ਕੇਵਲ ਉਹਦੀ ਆ ਗਹਿਣਿਆਂ ਦੀ ਬਹੁਤ ਵੱਡੀ ਇੱਕ ਚੇਨ ਜਿਹੜੀ ਪੰਜਾਬ 'ਚ ਨਹੀਂ ਹੈਗੀ ਬਾਕੀ ਸਾਰੇ ਜਗ੍ਹਾ ਦੇ ਉੱਤੇ ਹੈਗੀ ਉਹ ਉਹਨਾਂ ਦੀ ਜਿਹੜੀ ਹੈ ਬਹੁਤ ਅਮੀਰ ਘਰਾਣਾ ਅਮੀਰ ਘਰਾਣੇ ਦੇ ਹੱਥ ਦੇ ਵਿੱਚ ਜਦੋਂ ਉਹਨਾਂ ਲੋਕਾਂ ਵਾਲੀ ਪਾਰਟੀ ਆ ਗਈ ਜਿਹੜਾ ਜਿਹੜਾ ਜੀ ਪਰਨਾ ਮੋਢੇ ਦੇ ਉੱਤੇ ਰੱਖ ਕੇ ਤੁਰ ਪੈਂਦੇ ਹੁੰਦੇ ਸਨ ਮੋਰਚਿਆਂ ਨੂੰ ਵੀ ਚਲੋ ਇਹ ਨਹੀਂ ਪਤਾ ਸੀਗਾ ਕਦੋਂ ਵਾਪਸ ਜਿਹੜਾ ਜੀ ਉਹ ਘਰ ਆਉਣਾ ਤੇ ਇਹਨਾਂ ਨੂੰ ਇਸੇ ਕਰਕੇ ਇੱਕ ਬਹੁਤ ਰਿਸਪੈਕਟਡ ਜਿਹੜਾ ਵਰਡ ਸੀਗਾ ਜਥੇਦਾਰ ਉਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਇਹ ਇਹ ਜਥੇਦਾਰ ਨੇ ਜਥੇ ਨੂੰ ਜਿਹੜਾ ਜੀ ਉਹ ਲੈ ਕੇ ਤੁਰਦੇ ਨੇ ਸੰਘਰਸ਼ ਦੇ ਵਾਸਤੇ ਉਹ ਖਤਮ ਕਰ ਦਿੱਤੇ ਗਏ ਜਦੋਂ ਉਹ ਜਿਹੜੀ ਰੀਜਨਲ ਪਾਰਟੀ ਖਤਮ ਹੋਈ ਚਲੋ ਅੱਜ ਹੋ ਸਕਦਾ ਕਿ ਕਿਸੇ ਨੂੰ ਸਮਝ ਨਾ ਪੈਂਦੀ ਹੋਵੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮਜ਼ੋਰ ਹੋਣਾ ਅਕਾਲੀ ਦਲ ਦਾ ਸਿਆਸੀ ਤੌਰ ਦੇ ਉੱਤੇ ਹਾਸ਼ੀਏ ਤੇ ਚਲੇ ਜਾਣਾ ਇਹ 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 ਚੀਜ਼ਾਂ ਬਹੁਤ ਲੰਮੇ ਸਮੇਂ ਦੇ ਵਾਸਤੇ ਭੁਗਤਣੀਆਂ ਪੈਣਗੀਆਂ ਜੀ ਅਜੇ ਤਾਂ ਇਹਨਾਂ ਦੇ ਜਿਹੜੇ ਇੰਪੈਕਟ ਸਾਹਮਣੇ ਆਉਣਗੇ ਕੀ ਜਿਹੜੇ ਜੀ ਉਹ ਪੈ ਰਹੇ ਆ ਜਾਂ ਜਿਹੜੇ ਕੀ ਪਏ ਆ ਰੀਜਨਲ ਪਾਰਟੀ ਜਿਉਂਦੀਆਂ ਰਹਿਣੀਆਂ ਚਾਹੀਦੀਆਂ ਨੇ ਜੀ ਮੇਰਾ ਇਹ ਮੰਨਣਾ ਕਿ ਰੀਜਨਲ ਪਾਰਟੀ ਸਟਰੋਂਗ ਹੋਣਗੀਆਂ ਆਹ ਜਿਹੜੀ ਮੂਵਮੈਂਟ ਚੱਲ ਰਹੀ ਆ ਕਿਸਾਨਾਂ ਦੀ ਹੋ ਸਕਦਾ ਇਹਦੇ ਨਾਲ ਜਿਹੜੀ ਆ ਜੀ ਉਹ ਰੀਜਨਲ ਪਾਰਟੀ ਇੱਕ ਜੰਮੇ ਪੰਜਾਬ ਦੇ ਵਿੱਚ ਚਲੋ ਅਜੇ ਇਹ ਸਮੇਂ ਤੋਂ ਪਹਿਲਾਂ ਵਾਲੀ ਕੋਈ ਗੱਲ ਹੋਊਗੀ ਅਜੇ ਇਸ ਪਾਸੇ ਵੱਲ ਬਹੁਤੀ ਗੱਲ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਜਿਹੜੀ ਉਹ ਤੇਲ ਦੇ ਵਿੱਚ ਵੇਖ ਕੇ ਮੱਛੀ ਦੀ ਜਿਹੜੀ ਅੱਖ ਆ ਉਹਦੇ ਵਿੱਚ ਨਿਸ਼ਾਨਾ ਲਾਉਣ ਵਾਲੀ ਗੱਲ ਸੀ ਇਸ ਵੇਲੇ ਤਾਂ ਮੱਛੀ ਦੀ ਅੱਖ ਹੀ ਨਜ਼ਰ ਜਿਹੜੀ ਉਹ ਆਉਣੀ ਚਾਹੀਦੀ ਆ ਪਰ ਇੰਨਾ ਜ਼ਰੂਰ ਹੈ ਕਿ ਰੀਜਨਲ ਪਾਰਟੀਜ਼ ਜਿਹੜੀਆਂ ਨੇ ਜੀ ਉਹਨਾਂ ਦੀ ਘਾਟ ਅੱਜ ਮਹਿਸੂਸ ਕੀਤੀ ਜਾ ਰਹੀ ਆ ਉਹ ਹੌਲੀ ਹੌਲੀ ਕਰਕੇ ਮਰ ਰਹੀਆਂ ਨੇ ਦਮ ਤੋੜ ਰਹੀਆਂ ਨੇ ਜੇ ਜਿਹੜਾ ਜੀ ਸਿਰਫ ਸੱਤਾ ਹਾਸਲ ਜਿਹੜਾ ਕਰਨ ਦਾ ਮਕਸਦ ਰੱਖ ਕੇ ਬਣੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਹੀ ਮੂਹਰੇ ਆ ਰਹੀਆਂ ਨੇ ਆਹ ਜਿਹੜੀ ਸੰਘਰਸ਼ ਨਿਕਲਿਆ ਨਾ ਜੀ ਇਹ ਇਹਦਾ ਇੱਕ ਇਹ ਵੀ ਪੱਖ ਹੈਗਾ ਕਿ ਅਕਾਲੀ ਦਲ ਦਾ ਜਿਹੜਾ ਜੀ ਉਹਦਾ ਉਹ ਕਮਜ਼ੋਰ ਹੋਇਆ ਤੇ ਸੰਘਰਸ਼ ਨਿਕਲਿਆ ਜੇ ਅਕਾਲੀ ਦਲ ਕਮਜ਼ੋਰ ਨਾ ਹੁੰਦਾ ਅਕਾਲੀ ਦਲ ਸਟਰੋਂਗ ਰਹਿੰਦਾ ਬਾਦਲ ਅਕਾਲੀ ਦਲ ਜਿਹੜਾ ਫਿਰ ਸ਼ਾਇਦ ਹੋ ਸਕਦਾ ਸੀ ਉਹ ਸੰਘਰਸ਼ ਜਿਹੜਾ ਜੀ ਉਹ ਉੱਠਦਾ ਹੀ ਨਾ ਇਹ ਉਹ ਇਹ ਇਹਦਾ ਇੱਕ ਇਹ ਵੀ ਪੁਆਇੰਟ ਜਿਹੜਾ ਜੀ ਹੈਗਾ ਕਿ ਜਿਹੜਾ ਸਮਾਂ ਇਹ ਨਵੀਂ ਕਰਵਟ ਲੈ ਰਿਹਾ ਇਹਦੇ ਪਿੱਛੇ ਵੀ ਇਹ ਇੱਕ ਰੀਜਨਲ ਪਾਰਟੀ ਜਿਹੜੀ ਹੈ ਜੀ ਉਹਦਾ ਦਮ ਤੋੜ ਦੇਣਾ ਇੱਕ ਖਾਸ ਕਾਰਨ ਜਿਹੜਾ ਜੀ ਹੈ ਬਿਲਕੁਲ ਜੀ ਬਿਲਕੁਲ ਜੇ ਆਪਣੇ ਸਰਕਾਰ ਜਿਹੜੀ ਦੀ ਗੱਲ ਕਰਦੇ ਉਹਨੇ ਤਾਂ ਬਾਰਡਰ ਨੇ ਟੱਪਣ ਦੇਣਾ ਸੀਗਾ ਥੱਲੇ ਬਿਠਾਲ ਦੇਣੇ ਸੀਗੇ ਅੱਗੇ ਜੱਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਭੈਣ ਜੀ ਮੈਂ ਕੋਈ ਕੁਐਸਚਨ ਹੈਗਾ ਮੇਰਾ ਜੀ ਤੇ ਮੈਂ ਤਾਂ ਤੁਹਾਡੇ ਜ਼ਰੀਏ ਰੇਡੀਓ ਦੇ ਜ਼ਰੀਏ ਮੈਂ ਰੱਖਣ ਲੱਗਾ ਗੱਲ ਜੀ ਮੈਂ ਤਾਂ ਇਹ ਕਹਿਣਾ ਮੰਗਦਾ ਜੀ ਜਿਹੜੇ ਇੱਕ ਦੂਜੇ ਨਾਲ ਆਪਣੇ ਲੜਦੇ ਆ ਨਾ ਜੀ ਕੋਈ ਗਾਲਾਂ ਕੱਢੀ ਜਾਂਦਾ ਢੰਡੀਆਂ ਵਾਲੇ ਨੂੰ ਕੋਈ ਜਲ ਨੂੰ ਕੱਢੀ ਜਾਂਦਾ ਅੱਜ ਉਹਨਾਂ ਨੂੰ ਲੋੜ ਹੈਗੀ ਆ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਖੜੋ ਦੂਜੀ ਗੱਲ ਇਹ ਆ ਜੀ ਜਿਹੜੇ ਅੱਜ ਘਰਾਣੇ ਆਣ ਕੇ ਆਪਣੇ ਪੰਜਾਬ ਤੇ ਆਣ ਕੇ ਬਹਿ ਗਏ ਆ ਜਾਤਾਂ ਪਾਤਾਂ ਨੂੰ ਛੱਡ ਕੇ ਸਾਰੇ ਜਾਣਿਆਂ ਨੂੰ ਉਹਨਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਨਹੀਂ ਆਟਾ ਲੈਣਾ ਬਹੁਤ ਮਹਿੰਗਾ ਹੋ ਜੂਗਾ ਥੈਲਿਆਂ ਦੇ ਵਿੱਚ 200 ਰੁਪਈਏ ਨੂੰ ਕਿਲੋ ਮਿਲਿਆ ਕਰਨਾ ਆਟਾ ਇਹਨਾਂ ਨੂੰ ਕਿਸਾਨਾਂ ਦਾ ਜੇ ਕੁਛ ਨਾ ਇਹਨਾਂ ਨੇ ਕੀਤਾ ਮੋਢੇ ਨਾਲ ਮੋਢਾ ਕਿਸੇ ਨੇ ਨਾ ਜੋੜ ਤੇ ਇਹ ਮੈਂ ਇਹਨਾਂ ਨੂੰ ਤੁਹਾਡੇ ਜ਼ਰੀਏ ਕਹਿਣਾ ਮੰਗਦਾ ਜੀ ਥੈਂਕ ਯੂ ਥੈਂਕ ਯੂ ਇਹ ਵੀ ਇਹਨਾਂ ਦਾ ਸਾਥ ਦੇਣ ਧੰਨਵਾਦ ਧੰਨਵਾਦ ਇਹਨਾਂ ਦੀ ਤਾਂ ਅਪੀਲ ਹੀ ਸੀਗੀ ਵਰਿੰਦਰ ਸਤਿ ਸ਼੍ਰੀ ਅਕਾਲ ਹਾਂਜੀ ਪਹਿਲਾ ਸਵਾਲ ਹੈ ਪੰਨੂ ਜੀ ਇੱਦਾਂ ਕਿਸਾਨ ਤਾਂ ਪਹੁੰਚ ਮਜ਼ਦੂਰ ਵੀ ਪਹੁੰਚ ਗਿਆ ਦਿੱਲੀ ਪਰ ਸਰਕਾਰ ਕਿੱਥੇ ਆ ਚਾਹੇ ਉਹ ਅਕਾਲੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਕੋਈ ਉਹ ਲੀਡਰ ਦੀ ਸ਼ਮੂਲੀਅਤ ਨਹੀਂ ਦੱਸਦੀ ਕੋਈ ਬਿਆਨ ਦੇ ਕੇ ਤਾਂ ਵੀ ਦੇ ਸਕਦਾ ਬੈਠਾ ਜਾਣਾ ਤਾਂ ਵਿੱਚ ਹੀ ਜਾ ਕੇ ਬਹਿਣਾ ਚਾਹੀਦਾ ਸੀ ਜਿੱਥੇ ਉਹ ਵਿਚਾਰੇ ਕਿ ਦੂਰ 350 ਮੀਟਰ ਜਾ ਕੇ ਬੈਠੇ ਦਿੱਲੀ 'ਚ ਉਹ ਨਹੀਂ ਕੋਈ ਵੀ ਦਿਸ ਰਿਹਾ ਬਾਕੀ ਇੱਕ ਮੈਂ ਪੁੱਛਣਾ ਚਾਹੁੰਦਾ ਸੀ ਹੁਣ ਤਾਂ ਚਲੋ ਟੂ ਲੇਟ ਆ ਕਿਸਾਨ ਤਾਂ ਹੁਣ ਉੱਥੇ ਜਾ ਚੁੱਕੇ ਆ ਜੇ ਮੰਨ ਲਓ ਸ਼ੁਰੂ ਵਿੱਚ ਪੰਜਾਬ ਸਰਕਾਰ ਨਾ ਮੰਨਦੀ ਓਕੇ ਨਾ ਅਸੀਂ ਨਹੀਂ ਵੀ ਮੰਨਦੇ ਤੁਹਾਡੇ ਕਾਨੂੰਨ ਤੇ ਉਹ ਕੀ ਕਰਦੇ ਹੱਦ ਵੱਧ ਤੋਂ ਵੱਧ ਰਾਸ਼ਟਰਪਤੀ ਰਾਜ ਲਾਉਂਦੇ ਮੁੜ ਕੇ ਵੋਟਾਂ ਤਾਂ ਫਿਰ ਵੀ ਕੈਪਟਨ ਨੂੰ ਪੈਣੀਆਂ ਕੁਛ ਏਦਾਂ ਦਾ ਹੋ ਸਕਦਾ ਸੀ ਕਿ ਕੋਈ ਸੈਂਟਰ ਆਪਣਾ ਕੋਈ ਧੱਕੇ ਨਾ ਕਹੇ ਵੀ ਮੈਂ ਤੁਹਾਡੇ ਤੇ ਲਾਗੂ ਕਰਨਾ ਚਾਹੁੰਦਾ ਤੇ ਪੰਜਾਬ ਉਹ ਸਰਕਾਰ ਕਹੇ ਵੀ ਅਸੀਂ ਨੀ ਕਰਦੇ ਕੋਈ ਏਦਾਂ ਦੀ ਸੁਣਦੀ ਆ ਵੀ ਏਦਾਂ ਕਰ ਸਕਦੇ ਸੀ ਰਿਜੈਕਟ ਜਾਂ ਫਿਰ ਸਾਨੂੰ ਵਿੱਚੋਂ ਤਾਂ ਪਤਾ ਹੀ ਹੈ ਦੋਨੇ ਮਿਲੇ ਹੋਈ ਆ ਚਾਹੇ ਅਕਾਲੀ ਚਾਹੇ ਕਾਂਗਰਸ ਪਰ ਕੋਈ ਏਦਾਂ ਦਾ ਹੁੰਦਾ ਕਿ ਇਹ ਪੰਜਾਬ ਸਰਕਾਰ ਉਹਨੂੰ ਕਹਿ ਸਕਦੀ ਕਿ ਅਸੀਂ ਨੀ ਤੁਹਾਡੇ ਕਾਨੂੰਨ ਮੰਨਦੇ ਤੁਸੀਂ ਕਰ ਲਓ ਤੇ ਬਾਕੀ ਸੁਣ ਲੈਂਦੇ ਜੀ ਥੈਂਕ ਯੂ ਦੇਖੋ ਇਸ ਤਰ੍ਹਾਂ ਹੈ ਕਿ ਉਹ ਇੱਕ ਪੁਰਾਣੀ ਕਹਾਵਤ ਸੁਣਾਉਂਦੇ ਹੁੰਦੇ ਕਿਸੇ ਨੇ ਬੀਬੀ ਨੂੰ ਪੁੱਛਿਆ ਸੀ ਵੀ ਆਹ ਆਸਾਨ ਦਾ ਪਤਾ ਤੈਨੂੰ ਵੀ ਕਹਿੰਦਾ ਕਹਿੰਦੇ ਇਹਦੀ ਤਾਂ ਰੰਡੀ ਕੀਤੀ ਆ ਉਹ ਤਾਂ ਜਿਹੜੇ ਵੀ ਹਾਲਾਤ ਨੇ ਇਹਨਾਂ ਸਿਆਸੀ ਪਾਰਟੀਆਂ ਨੇ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਬੇੜਾ ਗਰਕ ਕੀਤਾ ਜਦੋਂ ਜਿਹੜਾ ਇਹ ਅਕਾਲੀ ਦਲ ਬਾਦਲ ਵਾਲੇ ਉਹਦਾ ਭਾਈਵਾਲ ਸੀਗੇ ਜਦੋਂ ਇਹ ਆਰਡੀਨੈਂਸ ਆਏ ਜੇ ਉਸ ਟਾਈਮ ਬਗਾਵਤ ਇਹਨਾਂ ਨੇ ਕੀਤੀ ਹੁੰਦੀ
ਜੁਰਤ ਹੁੰਦੀ ਤੇ ਅੱਜ ਸ਼ਾਇਦ ਇਹ ਸਿਚੁਏਸ਼ਨ ਨਾ ਹੁੰਦੀ। ਇਹ ਸਭ ਤੋਂ ਵੱਧ ਉਸ ਆਰਡੀਨੈਂਸ ਨੂੰ ਪ੍ਰਚਾਰ ਦੇ ਰਹੇ, ਜਦੋਂ ਬਿੱਲ ਆ ਗਿਆ ਇਹ ਉਹਨੂੰ ਬਿੱਲ ਨੂੰ ਪ੍ਰਚਾਰ ਦੇ ਰਹੇ, ਜਿੰਨੀ ਦੇਰ ਤੱਕ ਕਾਨੂੰਨ ਬਣਨ ਤੱਕ ਜਿਹੜੀ ਦੀ ਉਹ ਗੱਲ ਚੱਲੇਗੀ। ਇਹ ਝੂਠ ਬੋਲਦੇ ਰਹੇ ਕਿ ਹੁਣ ਇਹ ਝੂਠ ਬੋਲ ਰਹੇ ਆ ਕਿ ਅੰਦਰ ਅਸੀਂ ਵਿਰੋਧ ਕਰਦੇ ਰਹੇ, ਬਿਲਕੁਲ ਵਿਰੋਧ ਨਹੀਂ ਕੀਤਾ। ਥਾਂ ਥਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ। ਇਹੀ ਲੋਕ ਨੇ ਜਿਹੜੇ ਮਿਸਟਰ ਤੋਮਰ ਨੂੰ ਲੈ ਕੇ ਆਏ ਸੀਗੇ ਚੰਡੀਗੜ੍ਹ, ਪ੍ਰੈਸ ਕਾਨਫਰੰਸ ਕਰਵਾਈ। ਇਹੀ ਲੋਕ ਨੇ ਜਿਨ੍ਹਾਂ ਨੇ ਇਹ ਚਿੱਠੀ ਲੈ ਕੇ ਆਏ ਸੀਗੇ ਖੇਤੀਬਾੜੀ ਮੰਤਰੀ ਤੋਂ, ਚਿੱਠੀ ਜਿਹੜੀ ਉਹ ਪ੍ਰਚਾਰ ਰਹੇ ਸੀਗੇ ਇੱਥੇ। ਕਿਆ ਦੇਖੋ ਜੀ, ਇਹਦੇ ਵਿੱਚ ਐਮ ਐਸ ਪੀ ਦਾ ਜ਼ਿਕਰ, ਨੁਕਸਾਨ ਇਹਨਾਂ ਲੋਕਾਂ ਨੇ ਕਰਾਇਆ। ਕੈਪਟਨ ਅਮਰਿੰਦਰ ਸਿੰਘ ਹੁਰੀ ਵੀ ਇਹਦੇ ਵਾਸਤੇ ਬਰਾਬਰ ਦੇ ਜ਼ਿੰਮੇਵਾਰ ਨੇ। ਜਦੋਂ ਜਿਹੜੀ ਮੀਟਿੰਗ ਸੱਦੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਦੀ ਪਰਵਾਹ ਹੀ ਨਹੀਂ ਕੋਈ ਕੀਤੀ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਉਹਦੇ 'ਚ ਭੇਜਤਾ। ਇੱਕ ਆਈ ਏ ਐਸ ਆਫਿਸਰ ਜਿਹੜੇ ਹੁਣ ਰਿਟਾਇਰ ਹੋ ਗਏ, ਕਾਹਨ ਸਿੰਘ ਪੰਨੂ ਹੁਰੀ, ਉਹਨਾਂ ਨੇ ਲਿਖਤ ਰੂਪ ਦੇ ਵਿੱਚ ਦੇਰ ਪਹਿਲਾਂ ਦੱਸਤਾ ਸੀ ਸਰਕਾਰ ਨੂੰ, ਜਿਹੜੇ ਮੀਟਿੰਗ ਦੇ ਵਿੱਚ ਗਏ ਸੀ, ਕਿ ਜੀ ਜੇ ਇਹ ਬਿੱਲ ਆ ਗਏ ਕਿਸਾਨ ਮਾਰਿਆ ਜਾਊਗਾ। ਉਸ ਲਿਖਤ ਚਿੱਠੀ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ। ਜਦੋਂ ਜਿਹੜੇ ਇੱਥੋਂ ਤੱਕ ਅਣਗਹਿਲੀ ਦੇਖੋ, ਆਲ ਪਾਰਟੀ ਮੀਟਿੰਗ ਜਿਹੜੀ ਸੱਦੀ ਸੀਗੀ ਉਹਦੇ 'ਚ ਮਤਾ ਪਾਇਆ ਗਿਆ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਪਹਿਲਾਂ ਸੱਦਿਆ ਗਿਆ ਸੀ ਉਹਦੇ ਵਿੱਚ ਮਤਾ ਪਾਸ ਕੀਤਾ ਗਿਆ, ਉਹ ਮਤਾ ਕੇਂਦਰ ਨੂੰ ਭੇਜਿਆ ਹੀ ਨਹੀਂ, ਉਹ ਇੱਥੇ ਹੀ ਜਿਹੜਾ ਉਹ ਪਿਆ ਰਿਹਾ। ਮੁੜ ਕੇ ਜਿਹੜਾ ਵਿਧਾਨ ਸਭਾ ਦਾ ਫਿਰ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦਿਆ ਗਿਆ, ਉਹਦੇ ਵਿੱਚ ਟੈਕਨੀਕਲੀ ਤੁਸੀਂ ਉਹਨੂੰ ਨਹੀਂ ਕਰ ਸਕਦੇ, ਜਿਹੜੇ ਕੇਂਦਰ ਦੇ ਕਾਨੂੰਨ ਨੇ ਉਹਨੂੰ ਸੂਬਾ ਰੱਦ ਨਹੀਂ ਕਰ ਸਕਦਾ। ਕੇਂਦਰ ਦੇ ਕਾਨੂੰਨਾਂ ਨੂੰ ਉਹਦੇ ਬਰਾਬਰ ਦੇ ਉੱਤੇ ਆਪਣੇ ਲਿਆ ਸਕਦਾ, ਕਿਵੇਂ ਜਿਵੇਂ ਕੇਰਲ ਲੈ ਕੇ ਆਇਆ। ਕੇਰਲਾ ਨੇ ਕੀ ਕੀਤਾ ਕਿ ਕੇਰਲਾ ਨੇ ਉਹ ਜਿਹੜੀਆਂ 15 ਚੀਜ਼ਾਂ ਨੇ, ਸਬਜ਼ੀਆਂ ਉਹਦੇ ਵਿੱਚ ਨੇ, ਉਹਦੇ ਉੱਤੇ ਐਮ ਐਸ ਪੀ ਜਿਹੜੀ ਦੀ ਉਹ ਦੇਣ ਦਾ ਐਲਾਨ ਕਰਤਾ। ਜੋ ਕੁਛ ਸੂਬਾ ਕਰ ਸਕਦਾ ਫਿਰ ਉਹਦੇ ਵਾਸਤੇ ਤੁਹਾਨੂੰ ਰਾਸ਼ਟਰਪਤੀ ਤੋਂ ਮੋਹਰ ਲਵਾਉਣ ਦੀ ਲੋੜ ਨਹੀਂ ਆ। ਉਹ ਤੁਹਾਡੇ ਇੱਥੇ ਜਿਹੜੇ ਸੂਬੇ ਦੇ ਕਾਨੂੰਨ ਜਿਹੜੇ ਆ ਉਹ ਬਣ ਜਾਂਦੇ ਆ। ਰਾਜਪਾਲ ਦੇ ਸਾਈਨ ਜ਼ਰੂਰੀ ਆ, ਰਾਜਪਾਲ ਇੱਕ ਵਾਰੀ ਸਾਈਨ ਨਾ ਕਰੇ ਉਹਨਾਂ ਦੇ ਉੱਤੇ, ਦੁਬਾਰਾ ਜਦੋਂ ਫਾਈਲ ਜਾਂਦੀ ਆ ਉਹਨੂੰ ਸਾਈਨ ਕਰਨੇ ਪੈਂਦੇ ਆ। ਇਹ ਸਿਆਸੀ ਪਾਰਟੀਆਂ ਦੇ ਤਾਂ ਜਿਹੜੀਆਂ ਜੀ ਇਹ ਪੁੱਟੇ ਹੋਏ ਟੋਏ ਨੇ, ਜਿਹਦੇ ਵਿੱਚ ਅੱਜ ਕਿਸਾਨ ਜਿਹੜਾ ਉਹ ਡਿੱਗਿਆ, ਜਿਹੜਾ ਜੀ ਉਹ ਪਿਆ, ਜੋ ਹਾਲਾਤ ਅੱਜ ਜਿਹੜਾ ਉਹ ਬਣੇ ਹੋਏ ਨੇ। ਜਦੋਂ 2002 ਤੋਂ 7 ਵਾਲੀ ਸਰਕਾਰ ਸੀਗੀ ਕਾਂਗਰਸ ਦੀ, ਉਦੋਂ ਸਪੈਸ਼ਲ ਇਕਨੋਮਿਕ ਜ਼ੋਨ ਫੇਜ਼ ਦੇ ਤਹਿਤ ਜਿਹੜੀਆਂ ਜ਼ਮੀਨਾਂ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਗਈਆਂ ਸੀ, ਕੋਈ ਲੁਕਾ ਛਿਪਿਆ ਕਿਸੇ ਕੋਲ? ਇਹ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਬਾਦਲ ਵਾਲੇ ਜਿਹੜੇ ਦੀ, ਇਹਨਾਂ ਦੇ ਸਮੇਂ ਦੇ ਉੱਤੇ ਅਡਾਨੀ ਨੂੰ ਸਾਈਲੋ ਬਣਾਉਣ ਦੇ ਵਾਸਤੇ ਜ਼ਮੀਨਾਂ ਨਹੀਂ ਦਿੱਤੀਆਂ ਗਈਆਂ, ਉਹਨੂੰ ਨਹੀਂ ਇੱਥੇ ਜਿਹੜਾ ਦੀ ਉਹ ਲਿਆਂਦਾ ਗਿਆ? ਇਹ ਲੋਕ ਜ਼ਿੰਮੇਵਾਰ ਨੇ ਜੀ, 100% ਇਹ ਸਿਆਸੀ ਪਾਰਟੀਆਂ ਜਿਹੜੀਆਂ ਉਹ ਜ਼ਿੰਮੇਵਾਰ ਨੇ, ਕੋਈ ਘੱਟ ਨਹੀਂ ਇਹਨਾਂ ਦੇ ਵਿੱਚੋਂ ਵੀ ਇੱਕ ਨੂੰ ਲੁਕੋ ਲਓ ਦੂਜੇ ਨੂੰ ਜਿਹੜਾ ਜੀ ਉਹ ਕੱਢ ਲਓ। ਇਹ ਬਰਾਬਰ ਦੀਆਂ ਧਿਰਾਂ ਜਿਹੜੀਆਂ ਜ਼ਿੰਮੇਵਾਰ ਨੇ, ਇਹਨਾਂ ਨੇ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਲੈ ਕੇ ਆਉਂਦਾ। ਕਾਂਗਰਸ ਇਹ ਬਿੱਲ ਪਹਿਲਾਂ ਲਿਆਉਣਾ ਚਾਹੁੰਦੀ ਸੀਗੀ ਸੈਂਟਰ ਦੇ ਵਿੱਚ, ਜੇ ਤੁਹਾਨੂੰ ਯਾਦ ਹੋਵੇ ਸੁਸ਼ਮਾ ਸਵਰਾਜ ਹੋਰਾਂ ਦੀ ਇੱਕ ਸਪੀਚ ਜਿਹੜੀ ਆ ਉਹ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਸੀ। ਸੁਸ਼ਮਾ ਸਵਰਾਜ ਹੋਰੀ ਉਦੋਂ ਪਾਰਲੀਮੈਂਟ ਦੇ ਵਿੱਚ ਵਿਰੋਧ ਕਰ ਰਹੇ ਸੀਗੇ ਇਹਨਾਂ ਬਿੱਲਾਂ ਦਾ, ਉਦੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ, ਉਹ ਭਾਰਤੀ ਜਨਤਾ ਪਾਰਟੀ ਜਿਹਨੇ ਐਫ ਡੀ ਆਈ ਦੇ ਨਾਂ ਦੇ ਉੱਤੇ ਇੱਕ ਵੱਡਾ ਅੰਦੋਲਨ ਜਿਹੜਾ ਜੀ ਉਹ ਛੇੜਿਆ ਸੀ ਕਿ ਅਸੀਂ ਐਫ ਡੀ ਆਈ ਨਹੀਂ ਆਉਣ ਦਿੰਦੇ। ਜਦੋਂ ਬੀਜੇਪੀ ਦੀ ਸਰਕਾਰ ਆਈ, ਕਿਉਂਕਿ ਜਿਹੜੀ ਪਹਿਲੀ ਸਰਕਾਰ ਸੀ ਉਹ 50% 51% ਜਿਹੜੀ ਸੀ ਉਹ ਐਫ ਡੀ ਆਈ ਲਿਆਉਣਾ ਚਾਹੁੰਦੀ ਸੀ। ਜਦੋਂ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸਰਕਾਰ ਆ ਗਈ ਤੇ ਇਹ ਲੋਕ ਜਿਹੜੇ ਸੀਗੇ ਜੀ ਉਹ 100% ਐਫ ਡੀ ਆਈ ਜਿਹੜਾ ਜੀ ਉਹ ਲੈ ਆਏ। ਕੋਈ ਵੀ ਘੱਟ ਨਹੀਂ ਗਾ ਜੀ, ਕੋਈ ਵੀ ਘੱਟ ਨਹੀਂ ਗਾ, ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਮੌਜੂਦਾ ਸਥਿਤੀ ਦੇ ਵਾਸਤੇ। ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ, ਪੰਨੂ ਦੇ ਪਿੰਡੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ, ਜਿਵੇਂ ਤੁਸੀਂ ਹੁਣ ਕਿਹਾ ਸਿਆਸੀ ਪਾਰਟੀਆਂ ਵਾਲਾ ਕੰਮ ਆ ਜੀ, ਇਹਨਾਂ ਦਾ ਤਾਂ ਉਹ ਕੰਮ ਹੈ ਜਿਵੇਂ ਭੇਡ ਆ ਨਾ, ਉਹ ਆਪਦੇ ਲੇਲੇ ਨੂੰ ਦੁੱਧ ਵੀ ਚੁਗਾਉਂਦੀ ਆ ਤੇ ਉਹ ਚੁਗਾਉਂਦੀ ਇੱਕ ਥਾਂ ਟੇਕੇ ਨੀ ਚੁਗਾਉਂਦੀ, ਛਾਲ ਮਾਰ ਕੇ ਗਾਂਹ ਹੋ ਗਈ ਵੀ ਮੇਰੇ ਮਗਰ ਆਵੇ। ਇਹਨਾਂ ਦਾ ਤਾਂ ਇਹ ਕੰਮ ਆ ਵੀ ਇਹਨਾਂ ਨੂੰ ਲਾਰੇ ਜੇ ਲਾ ਛੱਡੋ, ਬਸ ਇਹ ਸਾਰੇ ਕਾਂਗਰਸੀ ਨੇ ਕੈਪਟਨ ਸਾਹਿਬ ਨੇ ਤੇ ਕਾਲੀਆਂ ਨੇ ਇਹ ਕੁਝ ਕੀਤਾ। ਤੇ ਦੂਜਾ ਮੇਰਾ ਤਾਂ ਇਹ ਆ ਜੀ ਵੀ ਵੇਖੋ, ਅਨਿਲ ਵਿਜਾ ਜਿਹੜਾ ਹਰਿਆਣੇ ਦਾ ਮੰਤਰੀ ਤੇ ਪ੍ਰਧਾਨ ਮੰਤਰੀ ਤੇ ਜਿਹੜਾ ਖੇਤੀਬਾੜੀ ਮੰਤਰੀ ਆ ਤੋਮਰ, ਇਹਨਾਂ ਦੇ ਤਿੰਨਾਂ ਦੇ ਬਿਆਨਾਂ ਚੋਂ ਵੇਖੋ ਕੀ ਇਹਨਾਂ ਚੋਂ ਸਿਆਸਤ ਨਿਕਲਦੀ ਆ। ਲੋਕਾਂ ਨੂੰ ਕਹੀ ਜਾਂਦੇ ਆ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਇਕੱਲੇ ਹੀ ਆਏ ਆ ਤੇ ਉਹ ਅਨਪੜ੍ਹ ਆ, ਮਹਾਰਾਸ਼ਟਰ ਦਾ ਨੀ ਆ, ਫਲਾਨੇ ਦਾ ਨੀ ਆ। ਉਹਨਾਂ ਨੂੰ ਪੁੱਛਣਾ ਵੀ ਨਵਾਂ ਸਟੇਟਾਂ ਦੇ ਹਾਜ਼ਰ ਆ ਉੱਥੇ ਤੇ ਚਾਰਾਂ ਦੇ ਤਾਂ ਤੁਸੀਂ ਫੜ ਕੇ ਜਿਹੜੀ ਉਬਰਾੜੀ ਹੈਗਾ ਮੈਦਾਨ ਉਹਦੇ ਵਿੱਚ ਜੇਲ੍ਹ ਕੀਤੇ ਆ, ਤੇ ਜਿਹੜੀਆਂ
ਪੱਛਮੀ ਬੰਗਾਲ ਵੰਡੀਓ ਦੂਜੇ ਪਾਸੇ ਵਾਲੋ ਜਿਹੜੀਆਂ ਗੱਡੀਆਂ ਸਾਰੀਆਂ ਉਹਨਾਂ ਦੇ ਬੁੱਕ ਕੀਤੀਆਂ ਸੀ, ਉਹ ਤੁਸੀਂ ਉੱਥੇ ਹੀ ਗੱਡੀਆਂ ਰੋਕ ਲਈਆਂ, ਕਿਸਾਨਾਂ ਨੂੰ ਆਉਣ ਨਹੀਂ ਦਿੱਤਾ, ਜਦੋਂ ਕਿ ਸਾਰੇ ਦੇਸ਼ ਦੇ ਵਿੱਚ ਇਹ ਕੰਮ ਹੋਇਆ ਪਿਆ। ਇਹ ਪ੍ਰਧਾਨ ਮੰਤਰੀ ਕਹਿੰਦਾ ਇਹ ਮੰਨ ਜਾਓ, ਨਹੀਂ ਤਾਂ ਇਹ ਕੰਮ ਤੁਹਾਨੂੰ ਮਹਿੰਗਾ ਪਊਗਾ। ਵੇਖੋ ਇਹਨਾਂ ਦੀ ਲਾਹਨਤ ਹੈ, ਇਹ ਜੇ ਲੀਡਰਾਂ ਦੇ ਜੰਮਣ ਤੇ ਪਹਿਲਾਂ ਤਾਂ ਲਾਹਨਤ ਹੈ ਇਹਨਾਂ ਨੂੰ। ਪ੍ਰਧਾਨ ਮੰਤਰੀ ਤਾਂ ਚਲੋ ਜੋ ਬਣ ਗਏ ਈਵੀਐਮ ਚੋਰੀ ਚਾਰੀ ਕਰਕੇ ਧੱਕੇ ਨਾ, ਤੇ ਜਿਹੜਾ ਹੈਗਾ ਮਨੋਹਰ ਲਾਲ ਆ ਉਹ ਉਦੋਂ ਮੇਣੋ ਮੇਣੀ ਜਾਣ ਕੇ ਕਰੀ ਜਾਂਦਾ, ਤੇ ਕਿਸਾਨ ਉਹਨੂੰ ਪੁੱਛਿਆ ਹਰਿਆਣੇ ਦੇ ਨੀ ਜਾਂਦੇ? ਹਰਿਆਣੇ ਦੇ ਕਿਸਾਨ ਲੰਗਰ ਵੀ ਖੁਆਈ ਜਾਂਦੇ ਆ, ਨਾਲ ਰਲ ਕੇ ਵੀ ਬੈਠੇ ਆ, ਬਿਆਨ ਵੀ ਦੇਈ ਜਾਂਦੇ ਆ, ਉਹਨੂੰ ਇਹ ਕਿਸਾਨ ਹੀ ਨੀ ਸਮਝਦੇ ਕਿ ਜਾਂ ਉਹਨਾਂ ਦੇ ਵੀ ਸਾਡੇ ਤਾਂ ਇਹ ਮੁੱਲ ਖਰੀਦੇ ਆ। ਜਦੋਂ ਇਹਨਾਂ ਨੂੰ ਜਿਵੇਂ ਅੱਜ ਘੇਰਿਆ ਉਵੇਂ ਘੇਰ ਲਾਪੇ ਕਿਸਾਨ, ਤੇ ਫਿਰ ਇਹਨਾਂ ਨੂੰ ਪਤਾ ਲੱਗਣਾ। ਤੇ ਮੇਰਾ ਤਾਂ ਇਹੀ ਆ ਵੀ ਡਟੇ ਰਹਿਣ ਕਿਸਾਨ, ਅਸੀਂ ਉਹਨਾਂ ਦੇ ਨਾਲ ਆ, ਸਾਡੀਆਂ ਵੀ ਜ਼ਮੀਨ ਜਾਇਦਾਦ ਤਾਂ ਹੈਗੀਆਂ। ਇਹਨਾਂ ਨੂੰ ਇਹ ਨਾ ਚੇਤਾ ਰਹੇ ਵੀ ਕਿਤੇ ਆਖ ਦੇਣ ਵੀ ਇੱਥੇ ਇਕੱਲੇ ਹੀ ਆ ਕਿਸਾਨ, ਤੇ ਡਟੇ ਰਹਿਣ, ਕੋਈ ਗੱਲ ਨੀ ਮੁੱਲ ਪਊਗਾ, ਮਰਨਾ ਤਾਂ ਉਹ ਵੀ ਮਰਨਾ, ਅਸੀਂ ਉਹਨਾਂ ਦੇ ਨਾਲ ਆ, ਕੋਈ ਗੱਲ ਨੀ, ਇੰਨੇ ਤੇ ਕੱਟੋ ਨਾ ਭੈਣ ਜੀ। ਤੇ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਸ ਕਰਕੇ ਵੀ ਸਾਥ ਨਹੀਂ ਦੇਣਾ ਜੀ ਕਿ ਸਾਡੀ ਸਾਡੀ ਵੀ ਜ਼ਮੀਨ ਹੈਗੀ ਹੈ, ਨਾ ਵੀ ਹੋਵੇ। ਮੈਂ ਤਾਂ ਇਹ ਗੱਲ ਜਿਹੜੀ ਸੀ ਕੱਲ੍ਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀਗੀ ਇੱਕ, ਉਹਦੇ ਵਿੱਚ ਇੰਟਲੈਕਚੁਅਲ ਵਰਗ ਸੀਗਾ ਜੀ ਕਾਫੀ ਸਾਰਾ, ਬੋਲ ਪੰਜਾਬੀ ਦੇ ਨਾਮ ਦੇ। ਮੈਂ ਉੱਥੇ ਇਹ ਗੱਲ ਕਹੀ ਸੀ ਕਿ ਇਹ ਤਾਂ ਲੜਾਈ ਹਰ ਉਸ ਵਿਅਕਤੀ ਦੀ ਆ ਜਿਹਦੇ ਢਿੱਡ ਲੱਗਿਆ ਹੋਇਆ। ਤੁਸੀਂ ਬ੍ਰੇਕਫਾਸਟ ਕਰਦੇ ਹੋ, ਲੰਚ ਕਰਦੇ ਹੋ, ਡਿਨਰ ਕਰਦੇ ਹੋ, ਜੋ ਵੀ ਖਾਂਦੇ ਹੋ, ਜੋ ਤੁਹਾਡੀ ਥਾਲੀ ਦੇ ਵਿੱਚ ਆ ਉਹ ਕਿਸਾਨ ਦੇ ਕੋਲੋਂ ਆਉਂਦਾ। ਤੇ ਇਹ ਲੜਾਈ ਜਿਹੜੀ ਜੀ ਉਹ ਹਰੇਕ ਬੰਦੇ ਦੀ ਜਿਹੜੀ ਉਹ ਹੈਗੀ ਆ। ਦੇਖੋ ਸਿਆਸੀ ਪਾਰਟੀਆਂ ਜਿਹੜੀਆਂ ਨੇ ਤੁਹਾਨੂੰ ਪਛਾਣਨਾ ਪਊਗਾ ਉਹਨਾਂ ਦੇ ਹਿਡਨ ਏਜੰਡੇ ਜਿਹੜੇ ਨੇ ਉਹ ਕੀ ਨੇ। ਜਿੰਨੀ ਦੇਰ ਤੱਕ ਉਹ ਨਹੀਂ ਪਛਾਣਦੇ ਉਨੀ ਦੇਰ ਤੱਕ ਇਹ ਸਮਝ ਜਿਹੜੀ ਉਹ ਨਹੀਂ ਆਉਣੀ। ਜਿਹੜੇ ਕਹਿੰਦੇ ਨਾ ਕਿ ਅਨਪੜ੍ਹ ਨੇ ਤੇ ਪਲੰਗ, ਇਹਨਾਂ ਨੂੰ ਸਮਝ ਨਹੀਂ ਜੀ। ਡਾਕਟਰ ਦਰਸ਼ਨਪਾਲ ਹੋਰੀ ਡਾਕਟਰੇਟ ਉਹਨਾਂ ਨੇ ਜਿਹੜੀ ਉਹ ਕੀਤੀ ਹੋਈ ਆ, ਬਲਵੀਰ ਸਿੰਘ ਰਾਜੇਵਾਲ ਹੋਰੀ ਹਾਈਲੀ ਐਜੂਕੇਟਡ ਜਿਹੜਾ ਜੀ ਉਹ ਵਿਅਕਤੀ ਨੇ, ਹੋਰ ਵੀ ਇਹਨਾਂ ਦੇ ਵਿੱਚ ਜਿਹੜੇ ਨੇਤਾ ਨੇ ਉਹ ਪੜ੍ਹੇ ਲਿਖੇ ਨੇ। ਮੰਨ ਲਓ ਜੇ ਇਹ ਕਹਿੰਦੇ ਆ ਕਿ ਇਹ ਅਨਪੜ੍ਹ ਨੇ, ਅਨਪੜ੍ਹ ਨਾ ਵੀ ਹੋਣ, ਤੇ ਬਹੁਤ ਬੈਠੇ ਆ ਜੀ ਪੜ੍ਹੇ ਲਿਖੇ ਜਿਹੜੇ ਇਹਨਾਂ ਦੀ ਸਪੋਰਟ ਦੇ ਉੱਤੇ ਨੇ ਜੀ ਬੈਠੇ। ਜੇ ਡਿਗਰੀਆਂ ਹੀ ਚੈੱਕ ਕਰਨੀਆਂ ਨੇ ਪਹਿਲਾਂ ਆਪਣੀਆਂ ਡਿਗਰੀਆਂ ਜਿਹੜੀਆਂ ਜੀ ਉਹ ਚੈੱਕ ਕਰ ਲੈਣ, ਜਿਹਨਾਂ ਦਾ ਅੱਜ ਤੱਕ ਰੌਲਾ ਪੈਂਦਾ ਫਿਰਦਾ ਜੀ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਖਾਤਮਾ ਹੈਗਾ ਵੀ ਦੁਨੀਆਂ ਦਿੱਤੇ ਰਹੇ, ਤੇ ਉਹਨਾਂ ਨੂੰ ਜਾਂ ਤਾਂ ਫਿਰ ਵੀ ਉਹਨਾਂ ਨੂੰ ਵੈਸਟਰਨ ਏਜੰਡਾ ਵੀ ਉਹਦੇ ਕਈ ਹੁਣ ਆਪਣੇ ਹੈਗੇ ਕਮਿਊਨਿਸਟ ਉਹ ਵੈਸਟਰਨ ਏਜੰਡਾ ਥੋਪ ਰਹੇ ਆਪਣੇ ਉੱਤੇ, ਜਾਂ ਤਾਂ ਫਿਰ ਉਹਨਾਂ ਨੂੰ ਫੋਲੋ ਕਰ ਲੈਣ 'ਚ, ਜਾਂ ਫਿਰ ਉਹਨਾਂ ਨੂੰ ਆਪਣੇ ਜਿਹੜਾ ਜਿਹੜੀ ਇੰਡੀਆ ਦੀ ਹੈਗੀ ਸਿਵਲੇਸ਼ਨ ਵੀ ਉਹਨਾਂ ਦੇ ਵੀ ਰਿਸਪੈਕਟ ਕਰਨੀ ਚਾਹੀਦੀ, ਵੀ ਰਿਲੀਜੀਅਸ ਬੇਸ ਜਾਂ ਕੋਈ ਪੋਲੀਟੀਕਲ ਪਾਰਟੀ ਆ ਕੋਈ ਜਿਵੇਂ ਖਾ ਪਚੇਤਾ ਹੈਗੀਆਂ ਰਾਹੀਂ। ਹੁਣ ਜੇ ਆਪਾਂ ਉਹਨਾਂ ਨੂੰ ਆਪਾਂ ਵੀਕ ਕਰਦੇ ਹਾਂ, ਫਿਰ ਆਪਾਂ ਰੌਲਾ ਪਾਉਂਦੇ ਜੀ ਸਾਡੀ ਆਹ ਕਿਉਂ ਹੋ ਗਿਆ, ਸਾਡੀ ਜਿਵੇਂ ਖਾ ਪਚੇਤਾ ਜੇ ਸਟਰੋਂਗ ਹੁੰਦੀਆਂ ਇਹ ਸ਼ਾਇਦ ਆਪਣੀ ਸਿਚੁਏਸ਼ਨ ਨਾ ਦੇਖਣੀ ਪੈਂਦੀ। ਹੁਣ ਜੇ ਆਪਣੇ ਸੋਸ਼ਲ ਇਸ਼ੂਜ਼ ਵੀ ਹੈਗੇ ਆ ਵੀ ਉਹ ਵੀ ਇਹ ਜਿਹੜੇ ਕਮਿਊਨਿਸਟ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਇਹਨਾਂ ਦੇ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ ਵੀ ਉਹ ਕਿੱਧਰ ਜਾਣ, ਉਹ ਜਾਂ ਵੈਸਟਰਨ ਦਾ ਏਜੰਡਾ ਉਹ ਪ੍ਰਮੋਟ ਕਰਨ ਜਾਂ ਆਪਣੇ ਜਿਹੜੇ ਸੈਂਸ ਬਣਾਉਣ ਆਪਣੇ ਉਹਨਾਂ ਸੋਰੀ ਫੀਲ ਕਰਨ ਲੋਕਾਂ ਨੂੰ ਵੀ ਅਸੀਂ ਤੁਹਾਡੇ ਰਿਲੀਜਨ ਨੂੰ ਜਾਂ ਤੁਹਾਡੇ ਸੋਸ਼ਲ ਸਿਸਟਮ ਨੂੰ ਅਸੀਂ ਡੀਗੇ। ਥੈਂਕ ਯੂ। ਇਸ ਤਰ੍ਹਾਂ ਹੈ ਜੀ ਕਿ ਇੱਥੇ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਰਿਲੀਜੀਅਸ ਕਿੱਥੋਂ ਆ ਗਿਆ ਇਹਦੇ ਵਿੱਚ, ਕਮਿਊਨਿਸਟ ਜਿਹੜੇ ਉਹ ਕਿੱਥੋਂ ਆ ਗਏ ਇੱਥੇ। ਜਿਹੜੀਆਂ ਜੇ ਖਾ ਪੰਚਾਇਤਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਉਹ ਸਟਰੋਂਗ ਜਿਹੜੀਆਂ ਉਹ ਹੋਣੀਆਂ ਜਿਹੜੀਆਂ ਜੀ ਉਹ ਚਾਹੀਦੀਆਂ ਸੀ। ਇਸ਼ੂ ਤਾਂ ਇੱਥੇ ਕਿਸਾਨੀ ਦਾ ਚੱਲ ਰਿਹਾ ਜੀ। ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਬੈਠੇ ਨੇ ਉਹ ਉਹਨਾਂ ਦੀ ਜਿਹੜੀ ਖੇਤੀ ਆ ਉਹ ਰਿਲੀਜੀਅਸ ਕਿਵੇਂ ਆ ਜੀ? ਜੇ ਤੁਸੀਂ ਚਲੋ ਤੁਸੀਂ ਇਹਨੂੰ ਰਿਲੀਜੀਅਸ ਤਾਂ ਕਰਕੇ ਜੋੜ ਰਹੇ ਹੋ ਗੁਰੂ ਨਾਨਕ ਸਾਹਿਬ ਦੇ ਜਿਹੜਾ ਜੀ ਕਰਕੇ ਵੀ ਉਹਨਾਂ ਨੇ ਖੇਤੀ ਜਿਹੜੀ ਕੀਤੀ, ਜਾਂ ਸਿੱਖ ਇਕੱਲੇ ਸਿੱਖ ਕਿਸਾਨ ਤਾਂ ਨਹੀਂ ਹੈਗੇ, ਕਿਸਾਨ ਤਾਂ ਬਾਕੀ ਹੋਰ ਧਰਮਾਂ ਵਾਲੇ ਵੀ ਬਹੁਤ ਜਿਹੜੇ ਜੀ ਉਹ ਹੈਗੇ ਨੇ। ਜਿੰਨੀ ਦੇਰ ਤੱਕ ਤੁਹਾਡੇ ਵਰਗੇ ਲੋਕ ਜਿਹੜੇ ਪਿੰਡ 'ਚ ਕਾਨਾ ਪਾਉਣ ਵਾਲੇ ਬੈਠੇ ਆ, ਜਿਹੜੇ ਇਸ ਲੜਾਈ ਨੂੰ ਧਾਰਮਿਕ ਜਾਂ ਜਿਹੜਾ ਜੀ ਉਹ ਕਿਸੇ ਇੱਕ ਫਿਰਕੇ ਦੇ ਨਾਲ ਬਣਾ ਦੇਣਾ ਚਾਹੁੰਦੇ ਆ ਵੀ ਇਹ ਕਮਿਊਨਿਸਟ ਨੇ, ਇਹ ਜਿਹੜੇ ਜੀ ਇਹ ਸਿੱਖ ਨੇ, ਇਹ ਫਲਾਣੇ ਨੇ, ਇਹ ਧਮਕਾਨੇ ਨੇ, ਉਦੋਂ ਦੇਰ ਤੱਕ ਕੋਈ ਲੜਾਈਆਂ ਜਿਹੜੀਆਂ ਜੀ ਉਹ ਜਿੱਤੀਆਂ ਨਹੀਂ ਜਾ ਸਕਦੀਆਂ, ਬਿਲਕੁਲ ਵੀ ਨਹੀਂ। ਇਹ ਜਿਹੜਾ ਸੰਘਰਸ਼ ਆ ਜੇ ਇੱਥੋਂ ਤੱਕ ਪਹੁੰਚਿਆ, ਕੱਲ੍ਹ ਦੀ ਪ੍ਰੈਸ ਕਾਨਫਰੰਸ ਸੁਣ ਲੈਣਾ, ਵੈਸੇ ਮੈਨੂੰ ਨਹੀਂ ਲੱਗਦਾ ਤੁਸੀਂ ਸੁਣਦੇ ਹੋਵੋਗੇ ਪੌਲ ਜੀ, ਕਿਉਂਕਿ ਜਿਹੜੇ ਸੁਣਨ ਵਾਲੇ ਲੋਕ ਹੁੰਦੇ ਆ ਉਹ ਗੁਰੂ ਨਾਨਕ ਦੇ ਫੋਲੋਅਰ ਹੁੰਦੇ ਆ ਵੀ ਜਬ ਲੱਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ ਹੈ, ਕਹਿਣ ਤੋਂ ਪਹਿਲਾਂ ਸੁਣੋ।
ਜੇ ਤੁਸੀਂ ਉਹ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਸੁਣ ਲਓਗੇ ਤੇ ਮੇਰਾ ਖਿਆਲ ਹੋ ਸਕਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਏਜੰਡਾ ਕੀ ਆ, ਉਹ ਕਿਸ ਏਜੰਡੇ ਤੇ ਲੜ ਰਹੀਆਂ ਨੇ, ਉਹ ਸ਼ਾਇਦ ਹੋ ਸਕਦਾ ਫਿਰ ਤੁਹਾਨੂੰ ਜਿਹੜਾ ਦੀ ਉਹ ਸਮਝ ਆ ਜਾਵੇ ਤੇ ਫਿਰ ਹਾਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਇਹ ਤੁਸੀਂ ਨਾ ਜਿਹੜੀਆਂ ਦੀ ਉਹ ਕਰੋ। ਵੈਸੇ ਕੋਈ ਗੱਲ ਨੀ, ਜੇ ਤੁਹਾਡੇ ਵਰਗੇ ਲੋਕ ਨਾ ਹੋਣ ਤੇ ਫਿਰ ਓਨੀ ਦੇਰ ਤੱਕ ਇਹ ਵੀ ਪਤਾ ਨੀ ਨਾ ਲੱਗਦਾ ਜੀ ਦੁਨੀਆਂ ਦੇ ਵਿੱਚ ਹੋ ਕੀ ਰਿਹਾ ਤੇ ਸਿਆਣੇ ਲੋਕ ਜਿਹੜੇ ਦੀ ਉਹ ਕਿੱਥੇ ਨੇ, ਉਹ ਕੀ ਬੋਲ ਰਹੇ ਨੇ। ਜੇ ਸਮਾਂ ਲੱਗੇ ਤੇ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਸੁਣ ਲੈਣਾ, ਹੋ ਸਕਦਾ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਮਿਲ ਜਾਣ। ਜੇ ਮਿਲ ਗਏ ਤੇ ਅਗਲੀ ਵਾਰੀ ਦੱਸ ਦਿਓ, ਫਿਰ ਤੁਸੀਂ ਦੱਸੋਗੇ ਨੀ, ਵੈਸੇ ਇਹ ਵੀ ਗੱਲ ਗਰੰਟੀ ਆ ਤੁਸੀਂ ਨਹੀਂ ਦੱਸੋਗੇ ਕਿਉਂਕਿ ਤੁਸੀਂ ਆ ਕੇ ਕੁਛ ਨਾ ਕੁਛ ਆਪਣਾ ਜਿਹੜਾ ਉਹ ਕਰਨਾ ਹੁੰਦਾ ਉਹ ਕਰ ਜਾਂਦੇ ਹੋ ਇੱਕ ਵਾਰੀ। ਸੁਖੀ ਸਤਿ ਸ਼੍ਰੀ ਅਕਾਲ। ਸੁਖੀ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਤਿ ਸ਼੍ਰੀ ਅਕਾਲ ਸੁਖੀ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਮਿਹਰਬਾਨੀ। ਓਕੇ ਭਾਜੀ, ਮੇਰਾ ਇੱਕ ਕੁਐਸਚਨ ਆ ਵੀ ਜਿਹੜਾ ਇੰਡੀਆ ਦੇ ਵਿੱਚ ਆਪਣੇ ਸੰਘਰਸ਼ ਚੱਲਣ ਡਿਆ, ਉਹਦੇ ਵਿੱਚ ਬਹੁਤ ਸਾਰੇ ਆਪਣੇ ਤਕਰੀਬਨ ਸਾਰੇ ਉੱਥੇ ਜਾ ਕੇ ਬੈਠੇ ਆ ਜਿੱਦਾਂ ਜਿੱਦਾਂ ਵੀ ਸਮਾਂ ਹੈਗਾ ਆ। ਤੇ ਭਾਜੀ ਜਿਹੜਾ ਮੁੰਡਾ ਆਪਣਾ ਤੇ ਆਪਣਾ ਲੱਖਾ ਸਧਾਣਾ ਭਾਜੀ, ਉਹ ਤੇ 2-3 ਮਹੀਨਿਆਂ ਤੋਂ ਨਾਲ ਹੀ ਸੰਘਰਸ਼ ਤੇ ਬੈਠੇ ਆ, ਸਾਰਾ ਕੁਛ ਉਹਨਾਂ ਨੇ ਕੀਤਾ ਵੀ ਹੁਣ ਉਹਨਾਂ ਨੇ ਕਿੱਡੀ ਵੱਡੀ ਗਲਤੀ ਕਰਤੀ ਜਿਹੜਾ ਉਹਨਾਂ ਨੂੰ ਦਿੱਲੀ ਜਾ ਕੇ ਕੱਲ ਕਹਿਤਾ ਵੀ ਤੁਹਾਨੂੰ ਕੋਈ ਸਟੇਜ ਤੋਂ ਨੀ ਬੋਲਣ ਦੇਣਾ, ਤੁਸੀਂ ਕੋਈ ਜਾਣਕਾਰੀ ਰੱਖ ਦਿਓ। ਥੈਂਕ ਯੂ। ਜਿੱਥੋਂ ਤੱਕ ਤਾਂ ਲੱਖੇ ਸੁਧਾਰਨੇ ਦੀ ਗੱਲ ਹੈ, ਉਹ ਜ਼ਰੂਰ ਜਿਹੜਾ ਵੀ ਉਹ ਬੈਠਾ ਰਿਹਾ ਸੰਘਰਸ਼ ਦੇ ਵਿੱਚ ਨਾਲ। ਦੀਪ ਸਿੱਧੂ ਨੇ ਪਹਿਲੇ ਦਿਨ ਤੋਂ ਜਿਹੜਾ ਵੀ ਉਹ ਵੱਖਰਾ ਰਾਗ ਅਲਾਪਿਆ। ਉਹ ਇਹ ਗੱਲ ਕਹਿੰਦਾ ਸੀਗਾ ਜਦੋਂ ਕਿਸਾਨ ਦਿੱਲੀ ਗੱਲ ਕਰਨ ਗਏ ਆ ਕਿ ਇਹਨਾਂ ਨੂੰ ਪੌਣੇ 'ਚ ਬੰਨ ਕੇ ਰੋਟੀਆਂ ਆਪਣੀਆਂ ਇੱਥੋਂ ਲਿਜਾਣੀਆਂ ਚਾਹੀਦੀਆਂ ਸੀ, ਇਹਨਾਂ ਨੇ ਰੋਟੀ ਕਿਉਂ ਖਾਧੀ। ਹੁਣ ਮੈਨੂੰ ਨੀ ਪਤਾ ਕਿ ਦੀਪ ਸਿੱਧੂ ਹੋਰੀ ਇੱਥੋਂ ਰੋਟੀ ਬੰਨ ਕੇ ਆਪਣੀ ਪੌਣੇ 'ਚ ਲੈ ਕੇ ਗਏ ਆ ਜਾਂ ਉੱਥੋਂ ਹੀ ਕਿਤੋਂ ਜਿਹੜਾ ਵੀ ਉਹ ਖਾ ਰਹੇ ਆ। ਉਹ ਇਹ ਕਹਿੰਦਾ ਸੀਗਾ ਕਿ ਦਿੱਲੀ ਨਹੀਂ ਜਾਣਾ ਚਾਹੀਦਾ, ਸਾਨੂੰ ਗੱਲਬਾਤ ਕਰਨ ਲਈ ਨਹੀਂ ਜਾਣਾ ਚਾਹੀਦਾ। ਜਦੋਂ ਦਿੱਲੀ ਵੱਲ ਨੂੰ ਮੋਰਚਾ ਤੁਰਿਆ ਤੇ ਸਭ ਤੋਂ ਪਹਿਲਾਂ ਜਾ ਕੇ ਬਰਾੜੀ ਜਿਹੜਾ ਜੀ ਉਹ ਚਲੇ ਗਏ, ਉਹਨਾਂ ਨੂੰ ਇਹ ਸੀ ਵੀ ਬਰਾੜੀ ਸਾਰੇ ਆ ਜਾਣੇ ਨੇ, ਉਹਨਾਂ ਨੂੰ ਜਾਣਕਾਰੀ ਸੀ ਤਾਂ ਉੱਥੇ ਗਏ। ਤੋ ਇਸ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਉਹ ਕਰਦਾ ਨਾ ਜੀ, ਉਹ ਤਾਰਪੀਡੋ ਕਰਨ ਵਾਲੀਆਂ ਗੱਲਾਂ ਨੇ। ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਦੀਪ ਸਿੱਧੂ ਦੇ ਨਾਲ ਨਾਲ ਯੋਗਰਾਜ ਸਿੰਘ ਤੇ ਬੱਬੂ ਮਾਨ ਜਿਹੜਾ ਸਿੰਗਰ ਹੈ ਇਹ ਵੀ ਇੱਕ ਦਿਨ ਗਏ ਸੀ, ਉਹਨਾਂ ਨੇ ਸਟੇਜ ਤੇ ਉਹਨਾਂ ਨੂੰ ਵੀ ਨੀ ਬੋਲਣ ਦਿੱਤਾ। ਸਟੇਜ ਦੇ ਉੱਤੇ ਕਿਸੇ ਸਿਆਸੀ ਵਿਅਕਤੀ ਨੂੰ ਵੀ ਉਹ ਜਿਹੜਾ ਨਹੀਂ ਬੋਲਣ ਦਿੰਦੇ। ਉਹਨਾਂ ਨੂੰ ਇਹ ਲੱਗਦਾ ਕਿ ਇਹ ਗੱਲਾਂ ਜਿਹੜੀਆਂ ਦੀ ਉਹ ਜੇ ਉਹ ਸਟੇਜ ਦੇਖੋ ਹਰ ਇੱਕ ਦੇ ਵਾਸਤੇ ਖੋਲ ਦਿੱਤੀ ਤੇ ਫਿਰ ਜਿਹੜਾ ਜੀ ਇਹ ਕੰਮ ਖਿੱਲਰ ਜੂਗਾ ਔਰ ਫਿਰ ਉਹਨਾਂ ਇਹਨਾਂ ਦੇ ਵੀ ਕੰਟਰੋਲ ਤੋਂ ਬਾਹਰ ਜਿਹੜਾ ਜੀ ਉਹ ਚਲੇ ਜਾਣਾ ਕਿਉਂਕਿ ਹਾਲਾਤ ਇਹ ਬਣੇ ਹੋਏ ਆ। ਸੁਖੀ ਜੀ ਕਿ ਤੂੰ ਗੱਲ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂਗਾ। ਇਹ ਗੱਲ ਸਮਝਣ ਦੀ ਜਿਹੜਾ ਦੀ ਉਹ ਲੋੜ ਹੈ ਕਿ ਅੱਜ ਦੀਪ ਸਿੱਧੂ ਮਸਲਾ ਹੈ, ਅੱਜ ਲੱਖਾ ਸਧਾਣਾ ਮਸਲਾ ਹੈ, ਜਾਂ ਅੱਜ ਕਿਸਾਨ ਮਸਲਾ ਜਿਹੜਾ ਦੀ ਉਹ ਹੈ, ਖੇਤੀ ਕਾਨੂੰਨ ਜਿਹੜੇ ਦੀ ਉਹ ਮਸਲਾ ਨੇ। ਜੇ ਤਾਂ ਆਪਾਂ ਇੰਡੀਵਿਜੁਅਲ ਤੌਰ ਦੇ ਉੱਤੇ ਜਿਹੜਾ ਦੀ ਉਹ ਤੁਰ ਪਏ, ਹੁਣ ਮੈਂ ਇਹ ਕਹਾਂ ਵੀ ਮੈਂ ਤਾਂ ਇੰਨੇ ਮਹੀਨਿਆਂ ਤੋਂ ਇੰਨੀ ਦੇਰ ਤੋਂ ਇਹ ਗੱਲ ਕਰਦਾ, ਬਾਕੀ ਸਾਰੇ ਪਿੱਛੇ ਹਟੋ, ਪਹਿਲਾਂ ਸਟੇਜ ਦੇ ਉੱਤੇ ਮੈਨੂੰ ਬੋਲਣ ਦਾ ਜਿਹੜਾ ਦੀ ਉਹ ਮੌਕਾ ਦਿਓ, ਕਿਉਂਕਿ ਮੇਰੀ ਕੰਟਰੀਬਿਊਸ਼ਨ ਜਿਹੜੀ ਦੀ ਉਹ ਜ਼ਿਆਦੀ ਹੈ, ਫਿਰ ਉਹ ਮੈਂ ਆਪਣਾ ਜਿਹੜਾ ਦੀ ਉਹ ਲੈ ਕੇ ਤੁਰ ਪੂੰਗਾ। ਇਸ ਵੇਲੇ ਏਜੰਡੇ ਜਿਹੜੇ ਨੇ ਨਾ ਜੀ, ਤੁਹਾਨੂੰ ਸਾਰੇ ਹੀ ਤਿਆਗ ਦੇਣੇ ਪੈਣਗੇ, ਸਾਈਡ ਦੇ ਉੱਤੇ ਛੱਡ ਦੇਣੇ ਪੈਣਗੇ ਇੰਡੀਵਿਜੁਅਲ, ਜੇ ਧਿਆਨ ਕੇਂਦਰਿਤ ਜਿਹੜਾ ਜੀ ਉਹ ਸੰਘਰਸ਼ ਦੇ ਉੱਤੇ ਨਾ ਹੋਇਆ ਜਾਂ ਮੰਗਾਂ ਕੀ ਨੇ ਉਹਦੇ ਉੱਤੇ ਨਾ ਹੋਇਆ, ਫਿਰ ਇਹਦੇ ਵਿੱਚੋਂ ਬਹੁਤਾ ਕੁਛ ਜਿਹੜਾ ਜੀ ਉਹ ਮਿਲਣਾ ਨੀਗਾ। ਜੇ ਦੀਪ ਸਿੱਧੂ ਹੋਰਾਂ ਨੂੰ ਲੱਗਦਾ ਕਿ ਉਹਨਾਂ ਨੇ ਸਟੇਜ ਤੇ ਬੋਲਣਾ, ਇੱਥੇ ਵੀ ਸਟੇਜ ਉਹਨਾਂ ਨੇ ਆਪਣੀ ਲਾਈ ਸੀ, ਉਹ ਇੱਥੇ ਲਾ ਲੈਣ ਆਪਣੀ ਸਟੇਜ, ਦਿੱਲੀ ਦੇ ਵਿੱਚ ਵੀ ਇੱਕ ਲਾ ਲੈਣ, ਜਾਂ ਜਦੋਂ ਇਹ ਸੰਘਰਸ਼ ਓਵਰ ਹੋ ਗਿਆ ਉਦੋਂ ਆਪਣੀ ਸਟੇਜ ਜਿਹੜੀ ਜੀ ਉਹ ਵੱਖਰੀ ਬਣਾ ਲੈਣ। ਉਹਨਾਂ ਨੂੰ ਪੂਰਾ ਹੱਕ ਹੈ ਬੋਲਣ ਦਾ, ਆਪਣੀ ਗੱਲ ਜਿਹੜੀ ਉਹ ਕਹਿਣ ਦਾ ਉਹ ਕਹਿ ਲੈਣ। ਅੱਜ ਇਹ ਏਜੰਡਾ ਨਹੀਂ ਗਾ ਜੀ ਕਿ ਕਿਹਨੂੰ ਬੋਲਣ ਦਿੱਤਾ ਗਿਆ, ਕਿਹਨੂੰ ਨਹੀਂ ਬੋਲਣ ਦਿੱਤਾ ਗਿਆ। ਜੋ ਕੁਛ ਕਿਸਾਨ ਜਥੇਬੰਦੀਆਂ ਜਿਹੜੇ ਫੈਸਲੇ ਲੈ ਰਹੀਆਂ ਨੇ, ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਹੁਣ ਸੰਘਰਸ਼ ਹੈ ਇਹ ਨੈਸ਼ਨਲ ਪੱਧਰ ਦੇ ਉੱਤੇ ਬਣੀ ਜਿਹੜੀ ਜਥੇਬੰਦੀ ਹੈ, ਜਿਹਦੇ ਵਿੱਚ 500 ਦੇ ਕਰੀਬ ਜਥੇਬੰਦੀਆਂ ਨੇ, 7 ਜਾਣੇ ਨੇ ਜਿਹੜੇ ਇਹਨੂੰ ਚਲਾ ਰਹੇ ਆ। ਜੋ ਉਹ ਫੈਸਲੇ ਕਰ ਰਹੇ ਆ, ਦੇਖੋ ਫੈਸਲੇ ਉਹਨਾਂ ਤੇ ਮੰਨਣੇ ਪੈਣਗੇ। ਜੇ ਇਹਦੇ ਉੱਤੇ ਆਪਾਂ ਕਿੰਤੂ ਪਰੰਤੂ ਜਿਹੜਾ ਦੀ ਕਰਨ ਵੀ ਇਹਨੂੰ ਬੁਲਾਓ, ਪ੍ਰੈਸ਼ਰ ਪਾ ਕੇ ਇਹਨੂੰ ਜਿਹੜਾ ਦੀ ਉਹ ਬੁਲਾਓ। ਬਰਗਾੜੀ 'ਚ ਕੀ ਹੋਇਆ ਸੀਗਾ, ਯਾਦ ਹੈ ਜੀ ਕੁਛ? ਔਰ ਬਰਗਾੜੀ ਦੇ ਵਿੱਚ ਇੰਨਾ ਇਕੱਠ ਜਿਹੜਾ ਸੀਗਾ, ਉਦੋਂ ਰੌਲਾ ਹੀ ਇਸ ਗੱਲ ਦਾ ਸੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਬੁਲਾਓ ਜੀ ਪਹਿਲਾਂ, ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਪਹਿਲਾਂ ਬੁਲਾਓ ਜੀ ਇੱਥੇ। ਅਸੀਂ ਉੱਥੇ ਏਜੰਡਾ ਭੁੱਲ ਗਏ ਕਿ ਏਜੰਡਾ ਕੀ ਸੀਗਾ, ਅਸੀਂ ਲੈਣ ਕੀ ਤੁਰੇ ਸੀਗੇ, ਅਸੀਂ ਤੁਰ ਕਿੱਧਰ ਨੂੰ ਪਏ ਜੀ। ਇੱਥੇ ਵੀ ਜੇ ਕਿਤੇ ਆਪਾਂ ਇਹ ਗੱਲਾਂ ਦੇ ਵਿੱਚ ਤੁਰ ਪਏ ਨਾ ਜੀ, ਇਹ ਉਭਾਰਨ ਦੇ ਵਾਸਤੇ ਬਹੁਤ ਆਉਂਦੇ ਨੇ ਜੀ ਮੈਸੇਜ,
ਢੇਰ ਸਾਰੇ ਮੈਨੂੰ ਵੀ ਆਉਂਦੇ ਨੇ, ਕੱਲ ਵੀ ਮੈਂ ਫੇਸਬੁੱਕ ਦੇ ਉੱਤੇ ਲਾਈਵ ਕਰ ਰਿਹਾ ਸੀ, ਉਦੋਂ ਵੀ ਮੈਕਸੀਮਮ ਉਹਦੀ ਗੱਲ ਕਰੋ ਜੀ, ਉਹਦੀ ਗੱਲ ਕਰੋ, ਉਹਨੂੰ ਕਿਉਂ ਬੋਲਿਆ ਗਿਆ ਜੀ? ਹੁਣ ਲੋਕ ਇਹ ਵੀ ਕਹਿ ਰਹੇ ਆ ਕਿ ਉੱਥੇ ਜੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਚਿਹਰਾ ਨੰਗਾ ਹੋਣਾ ਸ਼ੁਰੂ ਹੋ ਗਿਆ ਜੀ, ਉਹਨਾਂ ਨੇ ਇਹਨੂੰ ਬੋਲਣ, ਇਹ ਇੱਕ ਮਿੰਟ ਦੇ ਵਿੱਚ ਅਸੀਂ ਕਿੱਧਰ ਨੂੰ ਤੁਰ ਪੈਂਦੇ ਹਾਂ ਜੀ? ਅਸੀਂ ਇਹ ਕਿਉਂ ਭੁੱਲਦੇ ਹਾਂ ਕਿ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਵੇਂ ਇਹ ਇਹਨੂੰ ਇੱਥੋਂ ਤੱਕ ਲੈ ਕੇ ਆਏ ਆ, ਇਹ 1 ਲੱਖ ਬੰਦੇ ਦੀ ਰੋਟੀ ਇੱਥੇ ਪੰਜਾਬ ਦੇ ਵਿੱਚ ਰੋਜ਼ ਪੱਕ ਕੇ ਜਿਹੜੀ ਜੀ ਉਹ ਉੱਥੇ ਮੋਰਚਿਆਂ ਤੇ ਬੈਠੇ ਨੂੰ ਦੀ ਰਹੀ ਆ, ਅੱਜ ਕਿੰਨਾ ਰਾਸ਼ਨ ਜਿਹੜਾ ਉਹ ਇਕੱਠਾ ਹੋਇਆ, ਇਹਦੇ ਵਿੱਚ ਦੀਪ ਸਿੱਧੂ ਹੋਰਾਂ ਨੇ ਕਿੰਨਾ ਰਾਸ਼ਨ ਜਿਹੜਾ ਜੀ ਉਹ ਇਕੱਠਾ ਕੀਤਾ, ਬਾਕੀਆਂ ਨੇ ਕਿੰਨਾ ਇਕੱਠਾ ਕੀਤਾ, ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਉਹਦੇ ਵਾਸਤੇ ਪੈਸੇ ਦੀ ਵੀ ਲੋੜ ਹੈ, ਉਹਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਆ? ਇਹ 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 ਸਵਾਲ ਕਦੀ ਕਿਸੇ ਨੇ ਉਭਾਰੇ ਨੇ ਜੀ? ਨਹੀਂ ਉਭਰਨੇ ਚਾਹੀਦੇ ਇਸ ਵੇਲੇ, ਆਪਾਂ ਚੀਰ ਫਾੜ ਕਰਾਂਗੇ, 100% ਕਰਾਂਗੇ, ਇਸੇ ਪਲੇਟਫਾਰਮ ਤੋਂ ਕਰਾਂਗੇ ਜਿੱਥੋਂ ਆਪਾਂ ਅੱਜ ਗੱਲ ਕਰ ਰਹੇ ਹਾਂ, ਪਰ ਚੀਰ ਫਾੜ ਉਦੋਂ ਕਰਾਂਗੇ ਜਦੋਂ ਚੀਰ ਫਾੜ ਕਰਨ ਦਾ ਸਮਾਂ ਹੋਊਗਾ, ਅੱਜ ਚੀਰ ਫਾੜ ਕਰਨ ਦਾ ਸਮਾਂ ਨਹੀਂ ਗਾ ਜੀ, ਅੱਜ ਧਿਆਨ ਕੇਂਦਰਿਤ ਰੱਖੋ ਇੱਕ ਜਗ੍ਹਾ ਦੇ ਉੱਤੇ, ਜੇ ਕੁਛ ਲੈਣਾ ਯਾਦ ਰੱਖਣਾ ਜੇ ਡੋਲ ਗਿਆ ਕੰਮ, ਜੇ ਹੁਣ ਵੀ ਨਾ ਕੁਛ ਮਿਲਿਆ ਰੀਅਲ ਦੇ ਵਿੱਚ ਕੱਖ ਨਹੀਂ ਜੀ। ਡਾਕਟਰ ਸਿੱਧੂ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਭਾਜੀ ਦੀ ਗੱਲ ਸੁਣ ਰਿਹਾ ਸੀਗਾ ਐਂਡ ਆਈ ਟੋਟਲੀ 100% ਐਗਰੀ ਕਿ ਸਾਡੀ ਵੱਧ ਕੇ ਰਹੀ ਹੈ। ਅਸੀਂ ਕੋਈ ਸੰਘਰਸ਼ ਆਪਣੇ ਕੌਮ ਲਈ ਜਾਂ ਆਪਣੇ ਆਰਥਿਕ ਭਾਈਚਾਰੇ ਲਈ ਜਾਂ ਕਿਸਾਨੀਅਨ ਲਈ ਜੋ ਵੀ ਜੋ ਅੱਜ ਆਪਾਂ ਕਿਸਾਨ ਲੈਵਲ ਤੇ, ਅਸੀਂ ਹਮੇਸ਼ਾ ਆਪਣੇ ਆਪ ਨੂੰ ਵੰਡਣਾ ਸ਼ੁਰੂ ਕਿ ਇਹਨੂੰ ਮੌਕਾ ਕਿਉਂ ਨਹੀਂ ਦਿੱਤਾ। ਸਾਰੇ ਬੰਦੇ ਉਸ ਟੀਮ ਦੇ ਵਲੰਟੀਅਰ ਤੇ ਕੁਛ ਉਹਦੇ ਲੀਡਰ ਸੀ, ਲੀਡਰਸ਼ਿਪਾਂ ਨੂੰ ਵੰਡਣ ਲੱਗ ਜਾ ਕਿ ਇਹਨੂੰ ਆ ਨਹੀਂ ਕਰਨ ਦਿੱਤਾ, ਇਹਨੂੰ ਸਾਡਾ ਫੋਕਸ ਕੀਤਾ ਚਾਹੀਦਾ ਕਿ ਸਾਡਾ ਗੋਲ ਕੀ, ਅਚੀਵ ਕੀ, ਅਸੀਂ ਉਸ ਗੋਲ ਤੋਂ ਵਾਂਝੇ ਹੋ ਕੇ ਆਪਸ ਵੀ ਦੀ ਵੰਡ, ਉਹ ਤਾਂ ਚਾਹੁੰਦੇ ਆ ਕਿ ਅਸੀਂ ਵੰਡੇ ਜਾਈਏ, ਇਹੀ ਹਮੇਸ਼ਾ ਹੋਇਆ ਅੱਜ ਤੱਕ ਵੀ, ਅਸੀਂ ਆਪਸ ਵੀ ਦੀ ਵੰਡੇ ਗਏ ਹਾਂ, ਅਸੀਂ ਆਪਸ ਦੀ ਵੰਡ ਪਾ ਕੇ ਅੱਗੇ ਕੀ, ਸਾਡਾ ਗੋਲ ਇੱਕੋ ਜਗ੍ਹਾ ਤੇ ਰਹਿਣਾ ਚਾਹੀਦਾ ਕਿ ਸਾਡਾ ਫੋਕਸ ਕੀ ਆ, ਅਸੀਂ ਅਚੀਵ ਗੋਲ ਕੀ ਕਰਨਾ ਗਾ। ਜੇ ਸਾਰੇ ਬੰਦੇ ਵਲੰਟੀਅਰ ਆ, ਜੇ ਸਿੱਧੂ ਆ ਮੇਰੇ ਟਾਊਨ ਤੋਂ ਆਗੇ, ਸਿੱਧੂ ਨੇ ਕੋਈ ਵੀ ਆ, ਜੇ ਉਹਨਾਂ ਨੇ ਵੱਧ ਰੋਲ ਵੀ ਅਦਾ ਕੀਤਾ ਗਾ, ਚੰਗੀ ਗੱਲ ਆ ਵੱਧ ਕੀਤਾ, ਪਰ ਜੋ ਵੀ ਕਿਸਾਨ ਉੱਥੇ ਪਹੁੰਚਿਆ ਉਹ ਸਾਰੀ ਤੁਸੀਂ ਐਂ ਨਾ ਲਓ ਵੀ ਇੱਦੂ ਆ ਲੱਖਾ ਸਧਾਨਾ ਵੀ ਮੇਰੇ ਟਾਊਨ ਤੋਂ, 1 ਲੱਖਾ ਸਧਾਨਾ ਠੀਕ ਆ, ਉਹ ਉਹਨਾਂ ਨੂੰ ਵੱਧ ਜੇ ਰੱਬ ਨੇ ਕਹਿੰਦੇ ਹੁੰਦੇ ਵੀ ਮਤ ਬਖਸ਼ੀ ਆ, ਉਹ ਬਾਕੀਆਂ ਨੂੰ ਗਾਈਡ ਕਰ ਰਿਹਾ, ਪਰ ਰੋਲ ਜਿਹੜਾ ਵੀ ਕਿਸਾਨ ਉੱਥੇ ਪਹੁੰਚਿਆ, ਜੇ ਇੱਕ ਬੱਚਾ ਵੀ ਪਹੁੰਚੀ ਆ, ਉਹਨਾਂ ਦਾ ਸੇਮ ਹੀ ਰੋਲ ਆ ਜਿਹੜਾ ਕਿ ਲੀਡਰ ਉਹਨਾਂ ਦਾ ਜਿਹੜਾ ਬੰਦਾ ਉਹਨੂੰ ਗਾਈਡ ਕਰ ਰਿਹਾ ਉਹ। ਸੋ ਇਸ ਕਰਕੇ ਆਪਸ ਵਿਧੀ ਜਿਹੜੇ ਵੀ ਆਪਾਂ ਸੁਣਾ ਉਹਨਾਂ ਨੂੰ ਵੰਡੋ ਨਾ ਵੀ ਇਹਨੂੰ ਮੌਕਾ ਕਿਤਾ, ਨਹੀਂ ਸਾਰੇ ਬੰਦੇ ਹੀ ਕੋ ਆ, ਸਾਰੇ ਬੰਦੇ ਸਾਡਾ ਗੋਲ ਇੱਕੋ, ਗੋਲ ਤੇ ਰਹਾਂਗੇ ਸਾਨੂੰ ਕੁਛ। ਦੂਜੀ ਗੱਲ ਮੈਂ ਇਹ ਕਹਿਣੀ ਮੰਗਦਾ ਸੀ ਕਿ ਜਿਹੜਾ ਉਹ ਹੈਗਾ ਵੀ ਸਮਝੌਤਾ ਕਹਿੰਦੇ ਵੀ ਸਾਡੇ ਨਾਲ ਇੱਕ ਅੱਗੇ ਗੱਲ ਕਰੋ, ਉਹ ਗੱਲਾਂ 'ਚ ਕਦੇ ਵੀ ਨਾ ਪੈਣ, ਉਹ ਇੱਕ ਬਹੁਤ ਵੱਡਾ ਬਿਟਰੇ ਆ, ਇੱਕ ਬਹੁਤ ਵੱਡਾ ਧੋਖਾ ਹੋਣਾ ਇਹਨਾਂ ਨਾਲ, ਜੋ ਕਿ ਸਾਡੇ ਨਾਲ ਹੋਣਾ। ਕਿਸਾਨ ਅੱਜ ਉੱਥੇ ਖੇਤੀ ਨਹੀਂ ਕਰ ਰਹੇ, ਚਾਹੇ ਇੱਥੇ ਬੈਠੇ ਹਾਂ ਚਾਹੇ ਉੱਥੇ ਹੋਈਏ, ਅਸੀਂ ਸਾਰੇ ਰਿਲੇਟਡ ਹਾਂ ਡਾਇਰੈਕਟ ਵੇ ਜਾਂ, ਸਾਨੂੰ ਕਿਸੇ ਵੀ ਗੱਲ 'ਤੇ ਕੋਈ ਸਮਝੌਤਾ ਜਾਂ ਕੋਈ ਗੱਲਬਾਤ 'ਚ ਕੁਛ ਨਹੀਂ, ਇੱਕੋ ਹੀ ਆ ਕਿ ਸਮਝੌਤਾ ਕਾਨੂੰਨ ਲੈ ਉਹਨੂੰ ਵਾਪਸ ਕਰੋ, ਹਾਂ ਉਹ ਤੋਂ ਬਾਅਦ ਤੁਸੀਂ ਕੋਈ ਗੱਲ ਕਰ। ਤੀਜੀ ਗੱਲ ਰਹੀ ਐਜੂਕੇਸ਼ਨ, ਉਹ ਐਜੂਕੇਸ਼ਨ ਦੱਸਦੇ ਆ ਕਿ ਕਿਸਾਨ ਅਨਪੜ੍ਹ ਹੈ, ਇਹ ਪੰਜਾਬ ਦੇ ਕਿਸਾਨ ਹੈ, ਇਹਨਾਂ ਕੋਲ ਐਜੂਕੇਸ਼ਨ ਨਹੀਂ, ਇਹ ਬਗਾਵਤੀ। ਸਾਰਾ ਪਾਰਲੀਮੈਂਟ ਕੱਢ ਲਓ, ਸਾਰੇ ਮੰਤਰੀ ਕੱਢ ਲਓ ਆਲ ਓਵਰ ਇੰਡੀਆ ਦੇ, ਉਹ ਐਜੇ ਹੈਲਥ ਮਿਨਿਸਟਰ ਹੈ ਜਿਹਨਾਂ ਨੂੰ ਮੈਡੀਸਨ ਦੀ ਸਪੈਲਿੰਗ ਨਹੀਂ ਪਤਾ ਗਏ, ਉਹ ਬੰਦੇ ਉੱਥੇ ਹੈਲਥ ਹੋਇਆ, ਇਹ ਸਾਡੀ ਬਾਤ ਕਿਸਮਤ। ਸੋ ਇਸ ਕਰਕੇ ਗੱਲ ਇੱਥੇ ਹੁੰਦੀ ਹੈ ਕਿ ਐਜੂਕੇਸ਼ਨ ਤਾਂ ਸਾਰੀ ਇੰਡਸਟਰੀ ਦੀ ਐਜੂਕੇਸ਼ਨ ਕੱਢ ਲਓ, ਜਿੰਨੀ ਗਵਰਨਮੈਂਟ ਹੈ, ਕਿਹੜੇ ਬੰਦੇ ਰਿਲੇਟਡ ਆ? ਮੈਂ ਕਹਿੰਦਾ ਸਾਡੇ ਅਨਪੜ੍ਹ ਬੰਦਿਆਂ ਨੇ, ਜਿਹੜੇ ਬੰਦੇ ਜ਼ਿੰਦਗੀ ਨਾਲ ਡੀਲ ਕਰਦੇ ਆ, ਉਹਨਾਂ ਨੂੰ ਸ਼ਾਇਦ ਬਹੁਤ ਕੁਛ ਪਤਾ, ਜਿਹੜਾ ਕਿ ਸਾਨੂੰ ਲੱਗਦਾ ਵੀ ਸਾਨੂੰ ਇੱਕ ਡਿਗਰੀ ਅਚੀਵ ਕਰਕੇ ਵੀ ਪਤਾ ਗਾ। ਸੋ ਉਹ ਇੱਕ ਸਾਡੇ ਬਾਕੀ ਕਮਿਊਨਿਟੀ ਦੇ ਉੱਤੇ ਵੀ ਕਿੱਚੜ ਉਛਾਲ ਵਾਲੀ ਗੱਲ ਹੈ ਜੀ, ਅਨਐਜੂਕੇਟ ਇਹ ਖਾਲਸਾ, ਉਹ ਬੇਸਿਕਲੀ ਗੱਲ ਇਹ ਹੈ ਸਾਡੀ ਸੰਘਰਸ਼ ਨੂੰ ਫੇਲ ਕਰਨਾ ਡਿਫਰੈਂਟ ਡਿਫਰੈਂਟ ਨਾਂ। ਸੋ ਸਾਨੂੰ ਸਿਰਫ ਜਿੰਨੇ ਵੀ ਅਸੀਂ ਸਿਊਜ਼ ਪਾ ਰਹੇ ਹਾਂ, ਅਸੀਂ ਟਿਕਟੋਕ 'ਤੇ, ਸਾਰਿਆਂ ਨੂੰ ਇਹ ਕਹੋ ਵੀ ਸਾਰੇ ਭਰਾ ਅਸੀਂ ਸਾਰੇ ਤੁਹਾਡੇ ਨਾਲ, ਉਹਨਾਂ ਨੂੰ ਇਹ ਨਾ ਕਦੇ ਵੀ ਫਲਾਣੇ ਨੂੰ ਮੌਕਾ ਕਿਉਂ ਦਿੱਤਾ, ਫਲਾਣੇ ਨੂੰ ਸਟੇਜ ਕਿਉਂ ਨਹੀਂ ਦਿੱਤੀ, ਨਹੀਂ ਸਾਡੀ ਸਾਰੀਆਂ ਸਟੇਜਾਂ ਸਾਰਾ ਕੁਛ, ਸਾਰੇ ਭਰਾ ਇੱਕੋ ਸੀ, ਸਾਰੇ ਦੀਪ ਸਿੱਧੂ ਆ। ਹਾਂ ਜਿਨ੍ਹਾਂ ਨੇ ਰੋਲ ਵੱਧ ਅਦਾ ਕੀਤਾ, ਜਿਨ੍ਹਾਂ ਨੂੰ ਰੱਬ ਨੇ ਨੌਲੇਜ ਬਖਸ਼, ਉਹਨਾਂ ਦਾ ਰੋਲ 'ਚ ਆਪਾਂ ਕਹਿਣਾਗੇ ਕਿ ਤੁਸੀਂ ਭਰਾਓ ਵੱਧ ਕੀ ਸੰਘਰਸ਼ ਲਈ, ਵੱਧ ਮੂਵਮੈਂਟ ਸੀ, ਵੱਧ ਗਾਈਡ ਕੀ, ਪਰ ਰੋਲ ਹਰ ਇੱਕ ਬੰਦੇ ਦਾ, ਜੋ ਵੀ ਦਿੱਲੀ ਪਹੁੰਚਿਆ ਨਹੀਂ ਪਤਾ ਨਾ ਵੀ ਰਸਤਾ ਦੇ ਸੜਕ ਕਿਵੇਂ ਆ, ਐਟਲੀਸਟ ਪਹੁੰਚਿਆ ਤਾਂ ਹੈ, ਉਹਦੀ ਇੰਟਰਨਲ ਸਪੋਰਟ ਹੈ। ਸੋ ਸਾਨੂੰ ਇੱਕ ਹੋਣ ਦੀ ਲੋੜ ਹੈ, ਸਪੋਰਟਰ ਜਿਹੜੇ ਅਸੀਂ ਲਾਈਵ ਤੇ ਜਾਂ ਕਿਸੇ ਤਰ੍ਹਾਂ ਵੀ ਸੁਣਿਆ, ਸਾਨੂੰ ਉਹਨਾਂ ਨੂੰ ਕਦੇ ਵੀ ਇਹ ਨਾ ਕਹੋ ਤੈਨੂੰ ਮੌਕਾ ਨਹੀਂ ਦਿੱਤਾ, ਤੈਨੂੰ ਸਟੇਜ ਦਾ ਮੌਕਾ ਨਹੀਂ ਦਿੱਤਾ, ਫਲਾਣੇ ਬੰਦੇ ਨੂੰ ਬੋਲਣ ਗਿਆ, ਨਹੀਂ ਸਾਰੇ ਇੱਕੋ ਆ, ਸਾਰੇ ਜੇ ਅਸੀਂ ਨਹੀਂ ਇੱਕੋ ਗੋਲ ਲਈ ਜਾਂ ਇੱਕੋ ਟਾਰਗੇਟ ਲਈ ਕੰਮ ਕਰ ਰਹੇ ਹਾਂ, ਬਾਕੀ ਇਹ ਆ ਵੀ ਜੇ ਅਸੀਂ ਡਟੇ ਰਹਾਂਗੇ ਤਾਂ ਸਾਰਾ ਕੁਛ। ਪੁਰਾਣੀ ਹਿਸਟਰੀ ਕੱਢ ਕੇ ਕਦੇ ਵੀ ਜ਼ੁਲਮ ਜਿਹੜੀ ਆਦਤ ਹੁੰਦੇ ਤੇ ਰੱਬ ਦਾ ਪੈਰ ਹੁੰਦਾ, ਇਹ ਸਾਨੂੰ ਸਾਰਾ ਕੁਛ ਮਿਲੂਗਾ ਵਾਪਸ, ਪਰ ਇਹ ਆ ਵੀ ਸਾਨੂੰ ਇੱਕ ਹੋਣ ਦੀ ਲੋੜ ਆ, ਵੰਡੋ ਨਾ ਆਪਸ, ਨਹੀਂ ਅਸੀਂ ਸਪੋਰਟਰਾਂ ਨੂੰ ਵੰਡੀਏ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਧੰਨਵਾਦ। ਤੁਸੀਂ ਬੜੇ ਧਰਮੇ ਵਾਲੀ ਆਵਾਜ਼ ਦੇ ਵਿੱਚ ਜਿਹੜੀਆਂ
ਜਿਹੜੀਆਂ ਦੀ ਉਹ ਦੱਸਣ ਦੀ ਇਹ ਗੱਲਾਂ ਕਰਨ ਦੀ ਹੋਪਫੁਲੀ ਕਿ ਤੁਸੀਂ ਅਜਿਹਾ ਪੋਜ਼ਿਟਿਵ ਰੋਲ ਜਿਹੜਾ ਦੀ ਉਹ ਨਿਭਾਉਂਦੇ ਰਹੋਗੇ ਔਰ ਜਿਹੜਾ ਲਫ਼ਜ਼ ਤੁਸੀਂ ਉਹਦੇ 'ਚ ਵਰਤਿਆ ਬਿਲਕੁਲ ਸਹੀ ਹੈ, ਸਮਝੌਤਾ ਨਹੀਂ, ਸਮਝੌਤਾ ਕੀ, ਸਮਝੌਤਾ ਜਿਹੜਾ ਦੀ ਉਹ ਕਰਨ ਜਾਣਾ। ਤੋਮਰ ਸਾਹਿਬ ਦਾ ਬਿਆਨ ਜਿਹੜਾ ਜੀ ਆ ਰਿਹਾ ਕਿ ਸੜਕ ਦੇ ਉੱਤੇ ਗੱਲ ਨਹੀਂ ਹੁੰਦੀ, ਮੀਟਿੰਗ ਚੱਲ ਰਹੀ ਹੈ ਇਸ ਵੇਲੇ, ਤੋਮਰ ਸਾਹਿਬ ਸ਼ਾਮਲ ਨੇ, ਰੇਲ ਮੰਤਰੀ ਸ਼ਾਮਲ ਨੇ, ਗ੍ਰਹਿ ਮੰਤਰੀ ਸ਼ਾਮਲ ਨੇ, 3 ਵਜੇ ਮੀਟਿੰਗ ਹੋਣੀ ਹੈ ਕਿਸਾਨਾਂ ਦੀ, ਕਹਿੰਦੇ ਧਰਨੇ ਛੱਡ ਕੇ ਗੱਲਬਾਤ ਦੇ ਟੇਬਲ ਦੇ ਉੱਤੇ ਆਓ। ਇਸ ਲੈਵਲ ਦੇ ਉੱਤੇ ਆ ਕੇ ਧਰਨਾ ਜਿਹੜਾ ਜੀ ਉਹ ਛੱਡਿਆ ਜਾ ਸਕਦਾ ਜੀ, ਭਲਾ ਸਮਝੌਤਾ ਉਹ ਕੀਤਾ ਜਾ ਸਕਦਾ? ਨਾਟ ਪੋਸੀਬਲ, ਨਾ ਕੋਈ ਏਦਾਂ ਜਿਹੜਾ ਜੀ ਉਹ ਸਮਝੌਤਾ ਕਰੂਗਾ। ਤੁਹਾਡੀਆਂ ਗੱਲਾਂ ਬਹੁਤੀਆਂ ਜਿਹੜੇ ਉਹ ਸੁਝਾਉ ਸਨ ਜੀ ਬਹੁਤ ਵਧੀਆ ਨੇ, ਔਰ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੋਕ ਨੇ ਉਹ ਕੰਟੀਨਿਊਸ ਇਹ ਰੱਖਣਾ ਜੀ, ਦੁਨੀਆਂ ਭਰ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ ਤੁਸੀਂ ਸਾਰੇ ਹੀ ਬੁਲਾ ਰਹੇ ਹੋ। ਇਹ ਨਾ ਤੁਸੀਂ ਸਮਝੋ ਕਿ ਜਿਹੜਾ ਦਿੱਲੀ ਨਹੀਂ ਗਿਆ ਉਹ ਇਹਦੇ ਵਿੱਚ ਪਾਰਟੀਸਪੇਟ ਨਹੀਂ ਕਰ ਰਿਹਾ, ਤੁਸੀਂ ਵੀ ਪਾਰਟੀਸਪੇਟ ਕਰ ਰਹੇ ਹੋ, ਸਾਰੇ ਹੀ ਪਾਰਟੀਸਪੇਟ ਜਿਹੜਾ ਜੀ ਉਹ ਕਰ ਰਹੇ ਹੋ। ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਕਰ ਰਹੇ ਹੋ, ਉਹ ਤੋਂ ਬਿਨਾਂ ਸੁਣ ਰਹੇ ਹੋ, ਅੱਗੇ ਜਿੱਥੇ ਹੱਟੀ ਭੱਠੀ ਜਿੱਥੇ ਮਹਿਫਲਾ ਜਿੱਥੇ ਤੁਸੀਂ ਗੱਲ ਹੁੰਦੀ ਹੈ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ, ਤੁਸੀਂ ਰੋਲ ਨਿਭਾ ਰਹੇ ਹੋ। ਇਹ ਜ਼ਰੂਰੀ ਨਹੀਂ ਕਿ ਟਵਿੱਟਰ ਦੇ ਉੱਤੇ ਲਿਖਣਾ ਰੋਲ ਨਿਭਾਉਣਾ, ਫੇਸਬੁੱਕ ਦੇ ਉੱਤੇ ਲਿਖਣਾ ਰੋਲ ਨਿਭਾਉਣਾ, ਤੁਸੀਂ ਉਹਨੂੰ ਅੱਗੇ ਸ਼ੇਅਰ ਕਰ ਰਹੇ ਹੋ, ਕੁਛ ਨਾ ਕੁਛ ਤਾਂ ਕਰ ਰਹੇ ਹੋ ਨਾ। ਇਸ ਕਰਕੇ ਤੁਸੀਂ ਸਾਰੇ ਆਪਣੇ ਆਪ ਨੂੰ ਇਹ ਸਮਝੋ ਕਿ ਤੁਸੀਂ ਉਹਦੇ ਵਿੱਚ ਸ਼ਾਮਲ ਹੋ। ਇਹ ਕਿਰਤੀਆਂ ਦਾ ਸੰਘਰਸ਼ ਹੈ, ਕਿਰਤੀ ਲੋਕਾਂ ਦਾ ਜਿਹੜਾ ਇਹ ਸੰਘਰਸ਼ ਹੈ, ਔਰ ਸਾਡੀ ਮੌਜੂਦਾ ਦੌਰ ਦੇ ਵਿੱਚ ਜਿਹੜੇ ਅਸੀਂ ਵਿਚਰ ਰਹੇ ਲੋਕ ਹਾਂ ਆਪਾਂ ਸਾਰੇ, ਸਾਡੀ ਇਹ ਖੁਸ਼ਕਿਸਮਤੀ ਆ ਇਸ ਪੱਖੋਂ ਕਿ ਅਸੀਂ ਕਿਰਤੀਆਂ ਦਾ ਐਡਾ ਵੱਡਾ ਸੰਘਰਸ਼ ਜਿਹੜਾ ਉਹ ਵੇਖ ਰਹੇ ਹਾਂ। ਬਸ ਇਹਨੂੰ ਇਹ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜੀ ਉਹ ਲੈ ਕੇ ਰੱਖਣਾ, ਬਾਕੀ ਤੁਸੀਂ ਸੁਝਾਓ ਸਾਰੇ ਦਿੱਤੇ, ਆਪਾਂ ਇਹ ਨਾ ਕਹੀਏ ਕਿਹਨੂੰ ਬੋਲਣ ਦਿੱਤਾ ਕਿਹਨੂੰ ਨਹੀਂ ਬੋਲਣ ਦਿੱਤਾ, ਮਾਈਕ ਤੇ ਬੋਲੋਗੇ ਕੀ ਜਿਹੜਾ ਜੀ ਉਹ ਲੈ ਲਓਗੇ। ਜੇ ਅੱਜ ਮੈਂ ਇਸ ਗੱਲ ਦੀ ਜਿੱਦ ਕਰਾਂ ਵੀ ਪਹਿਲਾਂ ਮੈਨੂੰ ਮਾਈਕ ਜਿਹੜਾ ਜੀ ਉਹ ਦਿਓ, ਕਿੱਥੇ ਤੁਸੀਂ ਇਸ ਵੇਲੇ ਜਿੱਥੇ ਗੱਲ ਕਰ ਰਹੇ ਹੋ ਦੁਨੀਆਂ ਭਰ ਦੇ ਵਿੱਚ ਐਡਾ ਵੱਡਾ ਮਾਈਕ ਮਿਲਿਆ ਹੋਇਆ, ਐਡਾ ਵੱਡਾ ਪਲੇਟਫਾਰਮ ਮਿਲਿਆ ਹੋਇਆ। ਦੀਪ ਸਿੱਧੂ ਹੋਰਾਂ ਨੂੰ ਬਹੁਤ ਲੋਕ ਉਹਨਾਂ ਦੇ ਫਿਲਮੀ ਕਲਾਕਾਰ ਕਰਕੇ ਜਿਹੜਾ ਜੀ ਜਾਣਦੇ ਆ, ਜੇ ਮਾਈਕ ਤੇ ਨਹੀਂ ਬੋਲਣਗੇ ਤੇ ਉਹ ਛੋਟੇ ਹੋ ਚੱਲੇ ਆ ਕਿਤੇ। ਵੱਡਾਪਨ ਦਿਖਾਉਣਾ ਜਿਹੜਾ ਜੀ ਉਹ ਚਾਹੀਦਾ, ਵੱਡੇ ਵੱਡੇ ਜੇਰੇ ਜਿਹੜੇ ਜੀ ਉਹ ਸਿਰਫ ਡਟ ਜਾਓ ਇਸ ਗੱਲ ਦੇ ਵਾਸਤੇ ਕਿ ਅਸੀਂ ਕਿਰਤੀ ਲੋਕਾਂ ਦੇ ਨਾਲ, ਅਸੀਂ ਉਹਨਾਂ ਦੀ ਸਪੋਰਟ ਤੇ ਖੜੇ ਹਾਂ ਕਿਸੇ ਵੀ ਤਰ੍ਹਾਂ ਦੀ ਸਪੋਰਟ ਤੇ ਖੜੇ ਹੋ ਜੀ। ਇਹ ਨਾ ਸੋਚੋ ਕਿ ਜਿਹੜੇ ਦਿੱਲੀ ਗਏ ਨੇ ਉਹੀ ਨੇ, ਤੁਸੀਂ ਸਾਰੇ ਵੀ ਉਹਦੇ ਜਿਹੜੇ ਜੀ ਉਹ ਸਪੋਰਟਰ ਹੋ ਜੀ। ਬਿਆਨਾ ਤੋਂ ਜਸਵੰਤ ਸਿੰਘ ਜੌਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਭਾਜੀ ਮੇਰਾ ਇਹ ਸਵਾਲ ਆ ਜੀ ਸ਼ਾਰਟਕੱਟ ਦੇ ਵਿੱਚ ਆ ਜੀ, ਜਦੋਂ ਕਾਂਗਰਸ ਬਿੱਲ ਲਿਆਇਆ ਸੀ ਉਦੋਂ ਇਹਨਾਂ ਨੇ ਬੀਜੇਪੀ ਨੇ ਰੌਲਾ ਪਾ ਕੇ ਪਾਸ ਨਹੀਂ ਹੋਣ ਦਿੱਤਾ ਨਾ ਜੀ ਉਸ ਟਾਈਮ ਬਿੱਲ ਨਾ ਜੀ, ਇਹਨੇ ਕਹਿ ਦਿੱਤਾ ਜੀ ਆੜਤੀ ਆ ਇੱਕ ਜਿਮੀਦਾਰ ਲੜਕੀ ਦਾ ਵਿਆਹ ਹੋਊਗਾ, ਕੱਲ੍ਹ ਨੂੰ ਕੀ ਕਰੂਗਾ, ਅੱਜ ਕਿਹੜੀਆਂ ਸਾਡੀਆਂ ਲੜਕੀਆਂ ਸਾਰੀਆਂ ਵਹੀਆਂ ਗਈਆਂ ਜਾਂ ਬਾਅਦ ਜੰਮਣੀਆਂ ਨਹੀਂ ਹੈਗੀਆਂ ਜੀ। ਉਸ ਟਾਈਮ ਇਹਨੇ ਪੂਰਾ ਰੌਲਾ ਪਾਇਆ ਜੀ, ਇਹਨਾਂ ਬਿੱਲ ਇਹ ਕੰਡੇ ਦਾ ਕਾਂਗਰਸ ਦੇ ਵਿੱਚ ਹੋਇਆ ਜੀ, ਆਪਾਂ ਉਹਨੂੰ ਛੱਡ ਨਹੀਂ ਸਕਦੇ ਨਾ ਜੀ, ਜੇ ਅੱਜ ਕੋਈ ਸੱਚਾ ਹੁੰਦਾ ਹੋਵੇ ਜਾਂ ਕੈਪਟਨ ਹੈ ਜਾਂ ਕੋਈ ਵੀ ਹੈ ਜੀ। ਉਸ ਟਾਈਮ ਉਹਨਾਂ ਨੇ ਰੌਲਾ ਪਾ ਕੇ ਬਿੱਲ ਨਹੀਂ ਆਉਣ ਦਿੱਤਾ ਅੱਗੇ ਨਾ ਜੀ, ਤੇ ਇਸ ਟਾਈਮ ਜਦੋਂ ਇਹਨਾਂ ਨੇ ਬਿੱਲ ਲਿਆਂਦਾ ਜੀ ਇਹ ਕਾਂਗਰਸ ਸੀ ਉਹਦੇ ਵਿੱਚ ਕੋਈ ਨਹੀਂ ਬੋਲਿਆ ਜੀ, ਹਾਲਾਂਕਿ ਇਹਦੇ ਵਿੱਚ ਕੈਪਟਨ ਵੀ ਆ ਮਨਪ੍ਰੀਤ ਵੀ ਪੰਜਾਬ ਦਾ ਹੈਗਾ ਜੀ, ਜਿਹੜਾ ਕਹਿੰਦਾ ਹਾਂਜੀ ਬਈ ਠੀਕ ਹੈ ਨਾ ਜੀ। ਪਰ ਮੈਂ ਇਹ ਪੁੱਛਣਾ ਚਾਹੁੰਦਾ ਬਾਈ, ਜਿਸ ਤਰ੍ਹਾਂ ਸੈਂਟਰ ਸਰਕਾਰ ਆਪਣਾ ਹੈਪਟ ਵਾਲੇ ਆ ਗਏ ਜੀ, ਵੇਅਰ ਹਾਊਸ ਵਾਲੇ ਆ ਗਏ, ਬਹੁਤ ਏਜੰਸੀਆਂ ਨੇ ਜਿਹੜੇ ਆਪਣਾ ਅਨਾਜ ਖਰੀਦੀਆਂ ਨੇ ਨਾ ਜੀ, ਇਹ ਪਹਿਲਾਂ ਸੁਣਨਾ ਚਾਹੁੰਦਾ ਵੀ ਸਾਨੂੰ ਖਿਜਣਾ ਪਵੇ ਆਪੇ ਜਿਹੜਾ ਮਰਜ਼ੀ ਨਾਲ ਮਾਲ ਵਿਕੂਗਾ ਮਰਜ਼ੀ ਨਾਲ ਵੇਚਣਗੇ ਚਾਹੇ ਕੋਈ ਲਵੇ ਕੋਈ ਨਾ ਲਵੇ ਨਾ ਜੀ, ਇਹ ਭੱਜਣਾ ਚਾਹੁੰਦੇ ਆ। ਪਰ ਜੇ ਆਪਾਂ ਗੱਲ ਕਰਦੇ ਜੇ ਇਹ ਅੱਜ ਬਿੱਲ ਪਾਸ ਹੋ ਜਾਂਦਾ ਨਹੀਂ ਵਾਪਸ ਲੈਂਦੇ ਇਹ ਨਾ ਜੀ, ਇਹ ਠੀਕ ਆ, ਕੱਲ ਨੂੰ 10 ਸਾਲਾਂ ਬਾਅਦ 15 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਆ ਜੀ, ਉਹ ਬਿੱਲ ਲਾਗੂ ਲਿਆਉਣਗੇ ਇਹ, ਕਿਉਂਕਿ ਉਹ ਤਾਂ ਪਹਿਲਾਂ ਪੰਜਾਂ ਛੋੜਾਂ ਨੂੰ ਫਿਰਦੇ ਸੀ ਜੀ। ਦੂਜੀ ਗੱਲ ਭਾਜੀ ਮੇਰੀ ਇਹ ਆ ਸ਼ਾਰਟਕੱਟ ਦੇ ਵਿੱਚ ਵੀ ਜਿਹੜੀ ਪੰਜਾਬ ਦੀਆਂ ਪਾਰਟੀਆਂ ਨੇ ਚਾਹੇ ਅਕਾਲੀ ਆ ਗਈ ਚਾਹੇ ਕੋਈ ਵੀ ਆ ਗਈ ਹੈ ਨਾ ਚਾਹੇ ਕਾਂਗਰਸ ਆ ਗਈ ਹੈ, ਰੋਲ ਇਹਨਾਂ ਦਾ ਮਿਲ ਕੇ ਆ ਇਹਨਾਂ ਵਿੱਚ ਜੀ। ਕੱਲ੍ਹ ਨੂੰ ਜਦੋਂ ਇਹ ਸਾਡੇ ਦੇ ਜਾਂ ਖੁਆੜੀ ਹੁਣ ਟੁੱਟੀ ਆ ਨਾ ਜੀ, ਇਹ ਵੀ ਕੱਲ੍ਹ ਨੂੰ ਸਾਡੇ ਕਿ ਜ਼ਿਮੀਦਾਰ ਸਮਝਾਉਣ ਨੂੰ ਕਾਮਯਾਬ ਹੋ ਜਾਣਗੇ ਵੀ ਆਪਾਂ ਇਹਦੇ ਮਗਰ ਨਹੀਂ ਜਾਣਾ ਸਾਡੀਆਂ ਜੜ੍ਹਾਂ ਵੱਡੀਆਂ ਨੇ, ਵੀ ਜਾਂ ਅਸੀਂ ਉਹ ਹੀ ਦੁਬਾਰੇ ਦਿੱਲੀਓਂ ਭੁੱਲ ਕੇ ਆ ਕੇ ਵੀ ਜੇ ਵਿੱਚ ਕਾਰਡ ਪਾ ਲਾਂਗੇ ਫਲਾਣਾ ਕਾਰਡ ਆ ਅਸੀਂ ਚਲਾਨ ਮਾਫ ਕਰਾਉਣੇ ਆ ਜਾਂ ਚਲਾਨ ਕੱਟਣ ਲੱਗਾ ਫਲਾਣਾ ਟੈਲੀਫੋਨ ਕਰ ਦੂੰਗਾ, ਇਹ ਚੀਜ਼ ਕੋਈ ਫਰਕ ਪਊਗਾ ਜੀ? ਭੈਣੀ ਸੁਣ ਲੈਣ ਦਿਓ ਜੀ। ਥੈਂਕ ਯੂ ਜੀ। ਦੇਖੋ ਜਿਹੜੀ ਤੁਹਾਡੀ ਗੱਲ ਹੈ ਜੀ ਉਹ ਸਹੀ ਹੈ। ਦੇਖੋ ਇਹਦੇ ਚ ਸਾਰੀਆਂ ਪਾਰਟੀਆਂ, ਮੈਂ ਪਹਿਲਾਂ ਵੀ ਵਿਸਥਾਰ ਚ ਦੱਸਤਾ ਕਿ ਬਰਾਬਰ ਦੀਆਂ ਜ਼ਿੰਮੇਵਾਰ ਨੇ, ਇੰਨਾ ਜ਼ਰੂਰ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਕੱਲ ਨੂੰ ਇਹ ਨਹੀਂ ਹੋਊਗਾ ਕਿ ਅਸੀਂ ਜੋ ਮਰਜ਼ੀ ਜਿਹੜਾ ਜੀ ਉਹ ਕਰਤਾ ਤੇ ਤੁਹਾਨੂੰ ਮੰਨਣਾ ਪਊਗਾ, ਇਸ ਚੀਜ਼ ਨੂੰ ਠੱਲ ਪਊਗੀ ਜਾਂ ਇਹਦੀ ਪੈ ਗਈ ਸਮਝੋ ਤੁਸੀਂ, ਇੰਨਾ ਨਹੀਂ ਹੋਊਗਾ। ਹਾਂ ਇਹ ਕਾਨੂੰਨ ਵਾਪਸ ਹੁੰਦੇ ਆ ਨਹੀਂ ਹੁੰਦੇ ਇਹ ਅਜੇ ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜਿਹੜੀ ਤੁਸੀਂ ਲਾਸਟ ਦੇ ਵਿੱਚ ਜਿਹੜੀ ਉਹ ਗੱਲ ਕਹੀ ਹੈ ਉਹ ਸਭ ਤੋਂ ਗੰਭੀਰ ਗੱਲ ਹੈ ਕਿ ਕੀ ਅਸੀਂ ਦੇਖੋ ਇੱਥੇ ਅਸੀਂ ਰੌਲਾ ਕਿੰਨੇ ਸਾਲਾਂ ਤੋਂ ਜਿਹੜਾ ਜੀ ਉਹ ਪਾਉਂਦੇ
ਜਿਹੜਾ ਜੀ ਤੁਰੇ ਫਿਰਦੇ ਆ ਇਹ ਕਹਿੰਦੇ ਆ ਕਿ ਹੁਣ ਆਹ ਇਹਨੂੰ ਇਹਨੂੰ ਹਰਾ ਦਿਓ ਇਹਨੂੰ ਜਿਤਾ ਦਿਓ ਫਿਰ ਅਗਲੀ ਵਾਰੀ ਕਹਿੰਦੇ ਹੁਣ ਅੱਛਾ ਹੁਣ ਇਹਨੂੰ ਹਰਾ ਲਓ ਤੇ ਆਹ ਜਿਤਾ ਦਿਓ ਜੀ ਕਹਾਣੀ ਉੱਥੇ ਜਿਹੜੀ ਉਹ ਫਿਰਦੀ ਹੈ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਤੁਸੀਂ ਸੁਣ ਲਓ ਉਹ ਕਹਿੰਦੇ ਮਤਲਬ ਕਿ ਸਾਡੀ ਸਰਕਾਰ ਤਾਂ ਵਰਤਦੇ ਪਈ ਆ 2022 ਦੇ ਵਿੱਚ ਉਹ ਲੋਕ ਜੋ ਜਿਹਨਾਂ ਨੇ 10 ਵਰੇ ਨੁਕਸਾਨ ਜਿਹੜਾ ਜੀ ਉਹ ਕੀਤਾ ਇੰਨਾ ਕੀਤਾ ਇੰਨਾ ਕੀਤਾ ਕਿ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ ਜਿਹੜਾ ਜੀ ਉਹ ਰਿਹਾ ਉਹ ਅੱਜ ਵੀ ਕਹਿੰਦੇ ਆ ਕਿ ਅਗਲੀ ਵਾਰੀ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਜਿਹੜੀ ਕਾਂਗਰਸ ਦੀ ਉਹ ਹੱਥਾਂ ਦੇ ਉੱਤੇ ਥੁੱਕੀ ਬੈਠੀ ਹੈ ਵੀ ਗੱਲ ਹੀ ਕੋਈ ਨਹੀਂ 2022 ਦੇ ਵਿੱਚ ਤਾਂ ਸਾਡੀ ਰਿਪੀਟ ਵੱਜ ਰਹੀ ਹੈ ਇਹ ਇਹ ਉਹ ਇਹ ਸਮਝਦੇ ਆ ਕਿ ਲੋਕ ਮੂਰਖ ਨੇ ਕਿ ਜੋ ਤੁਸੀਂ ਵਾਅਦੇ ਕੀਤੇ ਸੀਗੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਵਾਲੇ ਜਿਹੜੇ ਉਹ ਸਮਾਰਟ ਫੋਨ ਵਾਲੇ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਨੂੰ ਭੱਤਾ ਦੇਣ ਵਾਲੇ ਔਰ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਜਿਹੜੀਆਂ ਦੀ ਉਹ ਬੁਢਾਪਾ ਪੈਨਸ਼ਨਾਂ ਦੇਣ ਵਾਲੇ ਉਹ ਸਾਰੇ ਦੱਬ ਕੇ ਪੰਜਾਬ 'ਚੋਂ ਚਿੱਟਾ 4 ਹਫ਼ਤਿਆਂ ਦੇ ਵਿੱਚ ਖਤਮ ਕਰਨ ਦਾ ਵਾਅਦਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਸੀ ਉਹਨਾਂ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਜੀ ਕਾਨੂੰਨ ਹੱਲ ਲੱਭਣ ਵਾਲੇ ਵਾਅਦੇ ਉਹ ਸਾਰੇ ਕੁਛ ਵੀ ਪੂਰਾ ਨਹੀਂ ਹੋਇਆ ਉਹ ਕਿਸ ਬਿਹਾਫ ਦੇ ਉੱਤੇ ਇਹ ਦੋਨੋਂ ਜਿਹੜੀਆਂ ਪਾਰਟੀਆਂ ਨੇ ਉਹ ਇਹ ਗੱਲ ਕਰ ਰਹੀਆਂ ਨੇ ਕਿ ਅਗਲੀ ਇੱਕ ਤਾਂ ਕਹਿੰਦੇ ਵੀ ਸਾਡੀ ਸਰਕਾਰ 2022 ਦੇ ਵਿੱਚ ਦੂਜੇ ਕਹਿੰਦੇ ਸਾਡੀ ਰਿਪੀਟ 2022 ਇਹ ਜਿਹੜਾ ਇਹ ਸੰਘਰਸ਼ ਹੈ ਮੈਂ ਜੀ ਮੇਰੀ ਦੱਸ ਕੇ ਇਹ ਸੰਘਰਸ਼ ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਹੈ ਸਾਡੀ ਉਹਨੂੰ ਸਟਰੋਂਗ ਕਰੂਗਾ ਬਹੁਤ ਕੁਛ ਇਹਦੇ ਵਿੱਚ ਜਿਹੜਾ ਜੀ ਉਹ ਸਿੱਖਣ ਨੂੰ ਮਿਲੂਗਾ ਔਰ ਇਸ ਗੱਲ ਦੀ ਉਮੀਦ ਅਸੀਂ ਜਿਹੜਾ ਜੀ ਉਹ ਕਰਦੇ ਹਾਂ ਕਿ ਇਹ ਜਿਹੜਾ ਚੱਲ ਰਿਹਾ ਜਿਹੜਾ ਸੰਘਰਸ਼ ਹੈ ਇਹਦੇ ਵਿੱਚੋਂ ਹਾਂ ਜਿਹੜੀ ਤੁਸੀਂ ਗੱਲ ਕੀਤੀ ਆ ਸ਼ਾਇਦ ਕਿਤੇ ਨਾ ਕਿਤੇ ਇਹ ਪੱਟੀ ਜਿਹੜੀ ਜੀ ਉਹ ਸਾਫ਼ ਕੀਤੀ ਜਾ ਸਕੇ ਵੀ ਜੇ ਸਿਆਸੀ ਪਾਰਟੀਆਂ ਦੇ ਕਿਸੇ ਵੀ ਸਿਆਸੀ ਪਾਰਟੀ ਤੁਸੀਂ ਜੇ ਉਹਦੇ ਪਿਛਲੱਗ ਬਣੇ ਰਹੇ ਉਹਨਾਂ ਨੇ ਤੁਹਾਨੂੰ ਕੁਛ ਲੈ ਕੇ ਨਹੀਂ ਦੇਣਾ ਜੀ ਸਿਆਸੀ ਲੋਕਾਂ ਦੀ ਕੋਸ਼ਿਸ਼ ਹੀ ਆ ਅਨਪੜ੍ਹ ਰੱਖੋ ਇਹਨਾਂ ਨੂੰ ਇਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਦਿਓ ਬਸ ਜਦੋਂ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਫਿਰ ਕੀ ਹੁੰਦਾ ਫਿਰ 8-8 ਫੁੱਟ ਡੂੰਘੇ ਟੋਏ ਵੱਡੇ ਵੱਡੇ ਪੱਥਰ ਜਿਹੜੇ ਨੇ ਉਹ ਪਾਸੇ ਕਰਕੇ ਲੋਕ ਉਹ ਰਾਜਧਾਨੀ ਦੇ ਬੂਹੇ ਮੂਹਰੇ ਜਾ ਖੜਦੇ ਨੇ ਜੀ ਕਿਉਂਕਿ ਉਹ ਜਾਗਰੂਕ ਹੋ ਗਏ ਹੱਕਾਂ ਪ੍ਰਤੀ ਇਹ ਜਾਗਰੂਕ ਹੋਣ ਨਹੀਂ ਦਿੰਦੇ ਅੱਜ ਤੁਸੀਂ ਕਿਸੇ ਕਿਸਾਨ ਨਾਲ ਗੱਲ ਕਰ ਲਓ ਜੀ ਖੇਤੀ ਬਿੱਲਾਂ ਦੇ ਬਾਰੇ ਦੇ ਵਿੱਚ ਉਹ ਤੁਹਾਨੂੰ 1 ਮਿੰਟ ਦੇ ਵਿੱਚ ਗਿਣ ਦਿੰਦਾ ਜੀ ਕਿਹੜੇ ਕਿਹੜੇ ਇਹਦੇ ਨੁਕਸਾਨ ਨੇ ਇਹ ਜਾਗਰੂਕ ਹੋਏ ਨੇ ਜਾਗਰੂਕਤਾ ਆਈ ਹੈ ਅੱਗੋਂ ਕਿੰਨਾ ਵਰਕ ਕਰਦੀ ਹੈ ਇਹ ਇਹ ਭਵਿੱਖ ਦੀ ਹਾਂਜੀ ਅੱਗੇ ਪਰਮਜੀਤ ਜੀ ਸਤਿ ਸ੍ਰੀ ਅਕਾਲ ਵਿਚੋਲੀਆ ਕੱਢ ਦਿੱਤੇ ਜੀ ਇਹ ਤਾਂ ਬਹੁਤ ਹੀ ਕਿਸਾਨਾਂ ਦੇ ਹੱਕ ਦੇ ਸੋ ਵਿਚੋਲੀਆ ਵਰਡ ਜਾਂ ਬ੍ਰੋਕਰ ਜਾਂ ਦਲਾਲ ਯੂਜ ਕਰਦੇ ਨੇ ਅਸੀਂ ਉਹਨਾਂ ਨੂੰ ਬਚਾਉਣ ਲਈ ਮਿਨਟ ਕਰ ਰਹੇ ਹਾਂ ਮੈਂ ਜਾਣਨਾ ਚਾਹੂੰਗਾ ਵੀ ਜਿਹੜਾ ਇਹਨਾਂ ਨੇ ਰੇਲਵੇ ਪ੍ਰਾਈਵੇਟਾਈਜੇਸ਼ਨ ਜਿਹੜੀ ਕੀਤੀ ਹੈ ਏਅਰਪੋਰਟ ਜਾਂ ਇੰਸ਼ੋਰੈਂਸ ਕੰਪਨੀਆਂ ਜਾਂ BSNL ਨੂੰ ਥੱਲੇ ਲਾਇਆ ਤਾਂ ਉਹਦੇ ਵਿੱਚ ਕੌਣ ਵਿਚੋਲਾ ਸੀ ਦੂਜਾ ਇੱਕ ਖਾਸ ਖਦਸ਼ਾ ਮੈਨੂੰ ਲੱਗ ਰਿਹਾ ਜੀ ਜਿਵੇਂ ਦਾ ਭਾਜਪਾ ਦਾ ਜਾਂ ਮੋਦੀ ਜੀ ਉਹਨਾਂ ਦਾ ਐਕਸਪੀਰੀਅੰਸ ਹੈਗਾ ਵੀ ਗੁਜਰਾਤ ਦੇ ਵਿੱਚ ਦੰਗੇ ਕਰਾਏ ਤੇ ਹੁਣ ਲੇਟਲੀ ਦਿੱਲੀ ਦੇ ਵਿੱਚ ਵੀ ਨੇ ਧਰਮ ਦੇ ਆਧਾਰ ਤੇ ਇਹਨਾਂ ਨੇ 2-3 ਦਿਨ ਦੇ ਲਈ ਵੀ ਕਿਤੇ ਇਸ ਤਰ੍ਹਾਂ ਆਪਣਾ ਕਮਿਊਨਿਟੀ ਦਾ ਕੋਈ ਨੁਕਸਾਨ ਫਾਰਮਰਸ ਦਾ ਜਾਂ ਕਿਸਾਨ ਦਾ ਕੋਈ ਨੁਕਸਾਨ ਤਾਂ ਨਹੀਂ ਕਰਾ ਦੇਣਗੇ ਇਸ ਤਰ੍ਹਾਂ ਜੀ ਥੈਂਕ ਯੂ ਨਹੀਂ ਹੁੰਦਾ ਜੀ ਨਹੀਂ ਹੁੰਦਾ ਨੁਕਸਾਨ ਆਪਾਂ ਜਿਹੜਾ ਜੀ ਉਹ ਕਿਉਂਕਿ ਇਹ ਜਿਹੜਾ ਡਰ ਹੈ ਨਾ ਐਕਚੁਲੀ ਇਹ ਨਿਕਲਣਾ ਚਾਹੀਦਾ ਮਨਾਂ ਦੇ ਵਿੱਚੋਂ ਜੀ ਵੀ ਇਹ ਸਾਡਾ ਜੇ ਅਸੀਂ ਬੋਲੇ ਤੇ ਸਾਡਾ ਆਹ ਕਰ ਦੇਣਗੇ ਜੀ ਇਹ ਡਰ ਹੈ ਜਿਹੜਾ ਇਹਨਾਂ ਨੇ ਪਾਇਆ ਹੋਇਆ ਇਹ ਸਾਨੂੰ ਡਰ ਕੱਢ ਕੇ ਜਿਹੜਾ ਜੀ ਉਹ ਤੁਰਨਾ ਪਊਗਾ ਵੀ ਵੇਖੀ ਜਾਊਗੀ ਯੁੱਗ ਪਲਟਾਊ ਲੋਕ ਬੁਖਾਰ ਨਾਲ ਨਹੀਂ ਮਰਿਆ ਕਰਦੇ ਜੀ ਬਸ ਇੱਕੋ ਗੱਲ ਜਿਹੜੀ ਉਹ ਧਿਆਨ ਦੇ ਵਿੱਚ ਰੱਖਣਾ ਔਰ ਕੋਈ ਫਰਕ ਨਹੀਂ ਜਿਹੜਾ ਜੀ ਉਹ ਪੈਂਦਾ ਜਿੱਥੋਂ ਤੱਕ ਜਿਹੜੀ ਉਹ ਜੇ ਬੋਲਦੇ ਆ ਜਿਹੜਾ ਜੀ ਉਹ ਝੱਲਣਾ ਪੈਂਦਾ ਸੰਘਰਸ਼ ਦੇ ਰੂਪ ਦੇ ਵਿੱਚ ਤੁਹਾਨੂੰ ਜਿਹੜਾ ਜੀ ਉਹ ਝੱਲਣਾ ਪੈਂਦਾ ਝੱਲਣਾ ਪਿਆ ਕੋਈ ਨਵੀਂ ਗੱਲ ਨਹੀਂ ਹੋਊਗੀ ਜੇ ਕੁਛ ਜਿਹੜਾ ਜੀ ਉਹ ਝੱਲਣਾ ਪੈਂਦਾ ਪਰ ਇਸ ਵੇਲੇ ਇੱਕ ਗੱਲ ਆਪਾਂ ਨਾ ਭੁੱਲੀਏ ਜੀ ਕਿ ਇੰਟਰਨੈਸ਼ਨਲ ਜਿਹੜਾ ਮੀਡੀਆ ਉਹਦਾ ਦਖਲ ਜਿਹੜਾ ਜੀ ਇਹਦੇ ਵਿੱਚ ਹੋ ਗਿਆ ਅਸੀਂ ਇੱਥੇ ਗੋਦੀ ਮੀਡੀਆ ਦੀ ਗੱਲ ਜਿਹੜੀ ਜੀ ਉਹ ਕਰਦੇ ਸੀ ਗੋਦੀ ਮੀਡੀਆ ਤੋਂ ਪਾਰ ਹੋ ਗਈ ਗੱਲ ਔਰ ਜਿਹੜੇ ਚਾਹੇ ਉਹ ਵੈਬ ਚੈਨਲਾਂ ਦੇ ਰੂਪ ਦੇ ਵਿੱਚ ਚਾਹੇ ਉਹ ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੀ ਜੀ ਉਹ ਗੱਲ ਫੈਲੀ ਹੋਈ ਆ ਫੈਲ ਗਈ ਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਫੈਲ ਗਈ ਆ ਐਡਾ ਸੌਖਾ ਵੀ ਜਿਹੜਾ ਜੀ ਉਹ ਰਹੂਗਾ ਕਿ ਇਹ ਕੁਛ ਇੱਦਾਂ ਦਾ ਜਿਹੜਾ ਜੀ ਉਹ ਗੜਬੜੀ ਕਰ ਦੇਣਗੇ ਘੱਟ ਨਹੀਂ ਕਰਨਗੇ ਮੈਂ ਨਹੀਂ ਇਹ ਕਹਿੰਦਾ ਕਿ ਉਹ ਬਹੁਤ ਜਿਹੜਾ ਜੀ ਉਹ ਡਰ ਗਏ ਘੱਟ ਨਹੀਂ ਕਰਨਗੇ ਪਰ ਇਹ ਕਾਮਯਾਬ ਹੋ ਸਕੂਗੀ ਨਹੀਂ ਮੈਨੂੰ ਨਹੀਂ ਜਿਹੜਾ ਜੀ ਉਹ ਲੱਗਦਾ ਹਾਂ ਜਿਹੜੀ ਗੱਲ ਬਾਰ ਬਾਰ ਇੱਥੇ ਮੈਂ ਜਿਹੜਾ ਜੀ ਉਹ ਇਸ ਪਲੇਟਫਾਰਮ ਤੋਂ ਪਿਛਲੇ ਹਫ਼ਤਿਆਂ ਦੇ ਦੌਰਾਨ ਜਿਹੜੀ ਜੀ ਉਹ ਕਹਿੰਦਾ ਰਿਹਾ ਵੀ ਇਹ ਇਹਦੇ ਉੱਤੇ ਨਿਰਭਰ ਹੈ
ਕਿ ਦੂਜੇ ਸੂਬੇ ਕਿਹੋ ਜਿਹਾ ਰਿਐਕਟ ਕਰਦੇ ਆ, ਦੂਜੇ ਸੂਬਿਆਂ ਦਾ ਰਿਐਕਸ਼ਨ ਸਾਹਮਣੇ ਆ ਗਿਆ। ਗਾਜ਼ੀਪੁਰ ਤੋਂ ਉਹ ਰੋਕਾਂ ਤੋੜ ਕੇ ਗਾਹ ਲੰਘਿਆ ਆ ਜੀ ਦਿੱਲੀ ਦੇ ਵਿੱਚ, ਬਰਾੜੀ ਮੈਦਾਨ ਦੇ ਵਿੱਚ ਠੀਕ ਹੈ, ਇਹਨਾਂ ਨੇ ਡੱਕ ਲਿਆ, ਬਹੁਤ ਸਾਰੇ ਸੂਬਿਆਂ ਤੋਂ ਆਏ ਜਿਹੜਾ ਜੀ ਉੱਥੇ ਬੈਠੇ ਆ। ਇਹ ਖਬਰ ਜਿਹੜੀ ਇਹਦੀ ਆ ਗਈ ਆ ਕਿ ਜਿਹੜੇ ਕਿਸਾਨਾਂ ਨੇ ਵੀ ਫੈਸਲਾ ਲੈ ਲਿਆ ਕਿ ਅਸੀਂ ਗੱਲਬਾਤ ਜਿਹੜੀ ਆ ਉਹਦੇ ਵਿੱਚ ਸ਼ਾਮਿਲ ਹੋਵਾਂਗੇ। ਇਹਦਾ ਆਫੀਸ਼ਲੀ ਐਲਾਨ ਜਿਹੜਾ ਜੀ ਉਹ ਹੋਣਾ 3 ਵਜੇ ਜਿਹੜੀ ਆ ਵਿਗਿਆਨ ਭਵਨ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ। ਜਿਹੜੀ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਆ ਉਹ ਕਰਨਗੇ। ਕੀ ਹੁੰਦਾ ਇਹਦੇ ਵਿੱਚ ਉਹਦੀ ਅਪਡੇਟ ਤਾਂ ਜਦੋਂ ਤੁਸੀਂ ਸੁੱਤੇ ਹੋਵੋਗੇ ਉਸ ਟਾਈਮ, ਜਦੋਂ ਸਵੇਰੇ ਉੱਠੋਗੇ ਉਦੋਂ ਤੱਕ ਤੁਹਾਨੂੰ ਜ਼ਰੂਰ ਜਿਹੜੀ ਜੀ ਉਹ ਮਿਲ ਜਾਊਗੀ। ਬਹੁਤਾ ਕੋਈ ਗੱਲ ਨਹੀਂ, ਬਹੁਤ ਜ਼ਿਆਦਾ ਫਿਕਰ ਨਾ ਜਿਹੜਾ ਵੀ ਉਹ ਕਰੋ, ਫਿਕਰਮੰਦੀ ਜਾਇਜ਼ ਆ, ਫਿਕਰਮੰਦੀ ਰੱਖਣੀ ਵੀ ਚਾਹੀਦੀ ਹੈ। ਜਿਹੜੀ ਸਟਾਰਟਿੰਗ 'ਚ ਵੀ ਆਪਾਂ ਗੱਲਾਂ ਕੀਤੀਆਂ ਕਿ ਕਿਵੇਂ ਬਚ ਕੇ ਜਿਹੜਾ ਵੀ ਉਹ ਚੱਲਣ ਦੀ ਲੋੜ ਹੈ, ਜਿਹੜਾ ਹਲਕ ਤੂਫਾਨਾ ਆਇਆ ਹੋਇਆ ਨਾ ਉਹ ਇਸ ਚੀਜ਼ ਦਾ ਆਇਆ ਹੈ ਕਿ ਇਹ ਸ਼ਾਂਤਮਈ ਤਰੀਕੇ ਦੇ ਨਾਲ ਕਿਵੇਂ ਏਡਾ ਵੱਡਾ ਸੰਘਰਸ਼ ਜਿਹੜਾ ਵੀ ਹੋ ਗਿਆ, ਤੇ ਇਹਦੇ ਵਿੱਚ ਜਿਹੜੀ ਹਿੰਸਾ ਉਹ ਕਿਉਂ ਨਹੀਂ ਹੋਈ। ਜੇ ਹੋਈ ਹੁੰਦੀ ਤੇ ਅੱਜ ਸੈਸ਼ਨ ਜਿਹੜੀ ਵੀ ਉਹ ਹੋਰ ਹੁੰਦੀ। ਇਸ ਕਰਕੇ ਅੱਜ ਬਹੁਤ ਸੰਭਲ ਕੇ ਜਿਹੜਾ ਵੀ ਉਹ ਸਭ ਨੂੰ ਚੱਲਣ ਦੀ ਲੋੜ ਹੈ। ਸਿਰਫ ਇੱਕੋ ਚੀਜ਼ ਜਿਹੜੀ ਵੀ ਉਹ ਉਭਾਰੋ ਕਿ ਜਿਹੜੇ ਕਾਨੂੰਨ ਨੇ ਵਾਪਸ ਹੋਣੇ ਚਾਹੀਦੇ ਆ, ਬਸ ਇਹ ਇਸ ਚੀਜ਼ ਦੇ ਉੱਤੇ ਜ਼ੋਰ ਦੇ ਕੇ ਜਿਹੜਾ ਵੀ ਉਹ ਰੱਖੋ, ਜਿਹੜੇ ਵੀ ਤਰੀਕੇ ਦੇ ਨਾਲ ਜਿੱਥੇ ਵੀ ਤੁਹਾਡੀ ਆਵਾਜ਼ ਪਹੁੰਚਦੀ। ਬਿਲਕੁਲ ਜੀ, ਐਡੀ ਛੇਤੀ ਡਰਨ ਦੀ ਲੋੜ ਨਹੀਂ, ਹੁਣ ਇੰਨਾ ਕੁਛ ਨਹੀਂ ਹੁੰਦਾ ਜਿੱਥੇ ਵਾਲ ਸਟਰੀਟ ਜਰਨਲ ਜਾਂ ਨਿਊਯਾਰਕ ਟਾਈਮਸ ਆ ਜਾਂ ਡਿਫੈਂਸ ਮਿਨਿਸਟਰ ਕੈਨੇਡਾ ਦਾ, ਪ੍ਰਧਾਨ ਮੰਤਰੀ ਕੈਨੇਡਾ ਦਾ ਆ ਜਿਹੜਾ, ਜਿੱਥੇ ਉਹਨਾਂ ਤੱਕ ਗੱਲ ਪਹੁੰਚ ਗਈ ਉਹ ਬੋਲੇ ਆ, ਅਤੇ ਫਿਰ ਉੱਥੇ ਬਹੁਤੇ ਨੁਕਸਾਨ ਦੀ ਹੁਣ ਮੇਰੇ ਖਿਆਲ 'ਚ ਨਹੀਂ, ਪਰ ਚਕੰਨੇ ਰਹਿਣਾ ਜ਼ਰੂਰੀ ਆ। ਸਾਡੇ ਅਖੀਰਲੇ ਕਾਲਰ ਨੇ ਸੁਰਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਮੁਖ ਪਿਆਰਿਓ, ਹੁਣ ਟਾਈਮ ਵੀ ਬਹੁਤ ਥੋੜ੍ਹਾ ਰਹਿ ਗਿਆ ਆ। ਆਪ ਮੈਂ ਸਾਰਾ ਸੁਣਿਆ ਪ੍ਰੋਗਰਾਮ, ਬਿਲਕੁਲ ਇਹ ਗੱਲ ਠੀਕ ਆ ਕਿ ਅਸੀਂ ਆਪਣਾ ਪਿਛੋਕੜ ਸਾਨੂੰ ਛੱਡਣਾ ਪੈਣਾ ਆ। ਵੀ ਪਾਰਟੀ ਨਾਲ ਬਿਲੋਂਗ ਕਰਦਾ ਆ, ਜਾਂ ਕਿ ਇਹ ਮੇਰਾ ਆਪਣਾ ਨਿੱਜੀ ਵਿਸ਼ਵਾਸ ਆ ਕਿ ਮੈਂ ਜਦੋਂ ਘਰੋਂ ਤੁਰਦਾ ਆ ਨਾ, ਮੈਂ ਉਸ ਵੇਲੇ ਅਰਦਾਸ ਕਰਕੇ, ਉਹ ਮੈਂ ਅਰਦਾਸ ਆਪਣੇ ਆਪ ਨਾਲ ਕੀਤੀ ਆ ਕਿ ਜੋ ਮੈਂ ਕਰਨ ਚੱਲਿਆ ਆ ਸਤਿਗੁਰ ਚ ਕਾਮਯਾਬੀ ਬਖਸ਼ੇ। ਉਹ ਚੀਜ਼ ਜਿਹੜੀ ਆ ਪਲੇਟਫਾਰਮ ਦੱਸਣ ਦੀ ਨਹੀਂ, ਕਿ ਮੈਂ ਘਰੋਂ ਵਾਅਦਾ ਕੀਤਾ ਆਪਣੇ ਦੇ ਨਾਲ, ਆਪਣੇ ਆਪ ਦੇ ਨਾਲ, ਕਿ ਇਹ ਸੰਘਰਸ਼ ਕਿਹਾ ਕਿ ਤੂੰ ਸੱਚੇ ਪਾਤਸ਼ਾਹ ਮੇਰੀ ਬਖਸ਼ ਮਿਹਰ ਕਰੀ। ਹੁਣ ਪ੍ਰੋਬਲਮ ਇਹ ਹੁੰਦੀ ਆ ਕਿ ਜਿੱਦਾਂ ਤੁਸੀਂ ਹੁਣ ਟਾਈਮ ਹੀ ਹੈ ਨਹੀਂ ਗਾ, ਇੱਕ ਮਿੰਟ ਸਾਰੀ ਗੱਲ ਸ਼ੋਰਟ ਕਰ ਦਿੰਦਾ ਆ। ਸਾਨੂੰ ਸਾਰਿਆਂ ਨੂੰ ਇਸ ਪਿੱਛੇ ਰੱਖ ਸੰਘਰਸ਼ ਮੁੱਖ ਰੱਖ ਕੇ ਕਰਨਾ ਪੈਣਾ ਆ, ਨਹੀਂ ਤਾਂ ਉਹ ਕੰਮ ਹੋਣਾ ਆ ਜਿਹੜਾ 84 ਵੇਲੇ ਹੋਇਆ ਸੀਗਾ, ਆਨੰਦਪੁਰ ਦਾ ਮੋਰਚਾ ਜਿਹੜਾ ਸੀ ਉਹ ਸਾਰਿਆਂ ਦਾ ਇਕੱਠਾ ਸੀ, ਗੱਲ ਕਿਹਨਾਂ ਦੇ ਪੈ ਗਿਆ, ਮੈਨੂੰ ਕਹਿਣ ਦੀ ਲੋੜ ਨਹੀਂ, ਇਹ ਸਾਨੂੰ ਪਤਾ ਆ। ਸੋ ਵਾਹਿਗੁਰੂ ਕਿਰਪਾ ਕਰੇ, ਆਪ ਜੀ ਨੇ ਬਹੁਤ ਵਾਰੀ ਬਾਰ ਬਾਰ ਕਿਹਾ ਆ, ਵੀ ਕਾਲਰ ਆਏ ਆ ਉਹਨਾਂ ਨੂੰ ਇੱਕ ਚੀਜ਼ 'ਤੇ ਇਕੱਠੇ ਹੋਵੋ ਕਿ ਇਹ ਸੰਘਰਸ਼ ਜਿਹੜਾ ਆ ਨਾ ਇਹ ਕਿਸਾਨੀ ਦਾ ਆ, ਇਹ ਠੀਕ ਆ ਜਾਂ ਗਲਤ ਆ। ਜਦ ਮੈਨੂੰ ਪਤਾ ਲੱਗ ਗਿਆ ਇਹ ਠੀਕ ਆ ਨਾ, ਉਸ ਵੇਲੇ ਮੈਂ ਆਪਣੇ ਗੁਰੂ ਦੇ ਨਾਲ ਅਤੇ ਆਪਣੇ ਆਪ ਦੇ ਨਾਲ ਜਿੰਨੀ ਵੀ ਕੁਰਬਾਨੀ ਹੋਊਂਗਾ, ਪਰ ਉਸ ਕੁਰਬਾਨੀ ਦੀ ਵੈਲਿਊ ਪਹਿਲਾਂ ਨਾ ਮੰਗਣੀ ਕਰ ਦਿਓ, ਉਹ ਗੁਰੂ ਸਾਹਿਬ ਹੀ ਦੇ, ਉਹਨਾਂ ਪਤਾ ਆ ਘੱਟ ਘੱਟ ਕੇ ਅੰਤਰ ਕੀ ਜਾਣ ਭਰੇ ਭੀਰ। ਸੋ ਉੱਤਮ ਖੇਤ ਮੱਧ ਵਪਾਰ ਨਿਖਿਧ ਚੱਖ ਭੀਖ ਦੁਆਰ, ਇਹ ਗੱਲਾਂ ਜਿਹੜੀਆਂ ਆ ਇਹ ਗੁਰਮੁਖ ਪਿਆਰਿਓ 10 ਸਾਲਾਂ 15 ਸਾਲਾਂ ਬਾਅਦ ਨਹੀਂ ਇਹ ਬਦਲਦੀਆਂ, ਜਿਹੜੀਆਂ ਲੱਗ ਜਾਂਦੀਆਂ, ਪਰ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਵੀ ਸੱਚ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਕਿ ਸਾਨੂੰ ਸਾਰੀਆਂ ਸੰਘਰਸ਼ਾਂ ਦੇ ਵਿਧੀ ਨਾ ਜਦੋਂ ਦੇ ਆਪ ਜੀ ਵਾਲੇ ਸਾਨੂੰ ਨਿਭਾਉਂਦੇ ਆ, ਅਤੇ ਅਰਦਾਸ ਆ ਆਪਣੇ ਆਪ ਤੇ ਤੁਹਾਡੇ ਲਈ ਸੱਚੇ ਪਾਤਸ਼ਾਹ ਤੁਹਾਡੇ ਅੰਗ ਸੰਗ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ, ਜਿੰਨੇ ਵੀ ਤੁਸੀਂ ਚੰਗੇ ਵਿਚਾਰ ਜਿਹੜੇ ਜੀ ਉਹ ਦਿੱਤੇ ਨੇ। ਇੱਕੋ ਗੱਲ ਜਿਹੜੀ ਜੀ ਕਿ ਆਪਣੇ ਆਪ ਨੂੰ ਹੀ ਜਿਹੜਾ ਜੀ ਉਹ ਪੁੱਛ ਲੈਣਾ ਕਿ ਜਿਹੜੀ ਵੀ ਗੱਲ ਮੈਂ ਕਰ ਰਿਹਾ, ਜਿਹੜੀ ਵੀ ਗੱਲ ਮੈਂ ਅੱਗੇ ਪਹੁੰਚਾ ਰਿਹਾ, ਉਹਦੇ ਵਿੱਚ ਮੇਰੀ ਇਸ ਸੰਘਰਸ਼ ਪ੍ਰਤੀ ਕਿੰਨੀ ਇਮਾਨਦਾਰੀ ਹੈ। ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ ਉਹ ਬੈਸਟ ਆਂਸਰ ਜਿਹੜਾ ਜੀ ਉਹ ਹੁੰਦਾ, ਉਹ ਜਵਾਬ ਦੇ ਤੁਹਾਡੇ ਦੁਆਰਾ ਕਿ ਹਾਂ ਮੈਂ ਇਮਾਨਦਾਰ ਹੈ ਇਹਦੇ ਪ੍ਰਤੀ। ਫਿਰ ਤੁਹਾਨੂੰ ਟੋਨ ਡਾਊਨ ਕਰਨ ਦੀ ਲੋੜ ਨਹੀਂ, ਫਿਰ ਤੁਹਾਨੂੰ ਅੱਖਾਂ ਡਾਊਨ ਕਰਨ ਦੀ ਲੋੜ ਨਹੀਂ। ਮੈਂ ਲਾਸਟ ਜਿਹੜਾ ਵੀ ਇਹੀ ਕਹੂੰਗਾ ਕਿ ਜਿਹੜੀਆਂ ਸਾਰੀਆਂ ਲੜਾਈਆਂ ਹੁੰਦੀਆਂ ਨੇ ਉਹ ਜਿੱਤਣ ਹਾਰਨ ਦੇ ਵਾਸਤੇ ਨਹੀਂ ਲੜੀਆਂ ਜਾਂਦੀਆਂ, ਕੁਛ ਲੜਾਈਆਂ ਲੜਨ ਵਾਸਤੇ ਲੜੀਆਂ ਜਾਂਦੀਆਂ ਨੇ, ਇਸ ਕਰਕੇ ਕਿ ਦੱਸਣ ਦੇ ਵਾਸਤੇ ਕਿ ਅਸੀਂ ਹੈਗੇ ਹਾਂ। ਉਹ ਹੋਣ ਦੀ ਲੜਾਈ ਜਿਹਨੂੰ ਜਿਹੜਾ ਵੀ ਉਹ ਕਹਿੰਦੇ ਆ, ਇਹ ਉਸ ਤਰ੍ਹਾਂ ਦੀ ਜਿਹੜੀ ਇੱਕ ਲੜਾਈ ਹੈ ਜਿਹੜੀ ਇਸ ਵੇਲੇ ਚੱਲ ਰਹੀ ਹੈ। ਔਰ ਅਸੀਂ ਇਹ ਉਮੀਦ ਕਰੀਏ
ਅਸੀਂ ਨੈਗੇਟਿਵ ਵਾਲੇ ਪਾਸੇ ਕਿਉਂ ਜਾਣਾ ਜੀ ਕਿ ਇਹਦੇ ਚੋਂ ਕੁਛ ਨੀ ਮਿਲਣਾ, ਮਿਲੂਗਾ ਜੀ ਇਹਦੇ ਚੋਂ ਮਿਲੂਗਾ। ਇਸ ਵੇਲੇ ਜਿਹੜੀਆਂ ਨਿਗਾਹਾਂ ਨੇ ਇੱਕ ਤਾਂ ਵਿਸ਼ਵ ਦੀਆਂ ਲੱਗੀਆਂ ਹੋਈਆਂ ਨੇ, ਦੂਸਰੀ ਗੱਲ ਇਹ ਕਿ ਏਦਾਂ ਦਾ ਕੁਛ ਨੀ ਹੈਗਾ ਕਿ ਕੋਈ ਬੰਦਾ ਅੰਦਰ ਬਹਿ ਕੇ ਸਮਝੌਤਾ ਕਰਕੇ ਬਾਹਰ ਆ ਕੇ ਕਹਿ ਦੂਗਾ ਲਓ ਜੀ ਆਹ ਗੱਲ ਜਿਹੜੀ ਹੋ ਗਈ ਤੇ ਚਲੋ ਚੁੱਕੋ ਜਿਹੜਾ ਜੀ ਉਹ ਝੰਡਾ ਡੰਡਾ, ਏਦਾਂ ਨਹੀਂ ਹੋ ਸਕਦਾ। ਇਸ ਕਰਕੇ ਵਿਸ਼ਵਾਸ ਰੱਖੋ, ਵਿਸ਼ਵਾਸ ਜਿਹੜਾ ਜੀ ਉਹ ਆਪਾਂ ਨੂੰ ਕਰਨਾ ਪਊਗਾ ਜੀ ਉਹਨਾਂ ਜਥੇਬੰਦੀਆਂ ਦੇ ਉੱਤੇ, ਜਥੇਬੰਦੀਆਂ ਦੇ ਆਗੂਆਂ ਦੇ ਉੱਤੇ, ਔਰ ਇਸ ਗੱਲ ਦੀ ਜਿਹੜੀ ਉਮੀਦ ਆ ਜੀ ਨਿਸ਼ਚੈ ਕਰ ਆਪਣੀ ਜਿੱਤ ਕਰੂ, ਜਿੱਤ ਜਿਹੜੀ ਆ ਉਹ ਹੋਊਗੀ। ਇਹ ਬੜੀ ਵੱਡੀ ਜਿੱਤ ਹੈ, ਇੱਥੋਂ ਤੱਕ ਜਿਹੜਾ ਜੀ ਉਹ ਪਹੁੰਚ ਜਾਣਾ, ਇਹ ਮੋਰਚੇ ਦਾ ਇੱਥੋਂ ਤੱਕ ਆ ਜਾਣਾ, ਸ਼ਾਂਤਮਈ ਤਰੀਕੇ ਦੇ ਨਾਲ ਆ ਜਾਣਾ, ਰਾਜਧਾਨੀ ਨੂੰ ਬਰੂਹਾਂ ਦੇ ਉੱਤੇ ਆ ਕੇ ਜਿਹੜਾ ਜੀ ਉਹ ਘੇਰ ਲੈਣਾ, ਇਹ ਜਿੱਤ ਹੈ। ਇਹਨੂੰ ਜਿੱਤ ਜਿਹੜਾ ਜੀ ਉਹ ਲਾ ਕੇ ਚੱਲੋ, ਜੋ ਕੁਛ ਅੱਗੋਂ ਜਿਹੜਾ ਜੀ ਹੋਊਗਾ ਉਹ ਪੋਜ਼ਿਟਿਵ ਹੋ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ, ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।